ब्रेक तो बाद एक बार फिर सारे सज्जनां नूं जी आयां नूं असीं तुसीं सारे अज दे सिद्धू लाइव शो दे नाल जुड़े होए आं ते गल करिए जी सेहत दी। बाकी दे कम बाद च, पहलां सेहत जरूरी है ते सेहत दे विच की जरूरी है ये जानांगे वैद बीके सिंह होरां तों। उन्हां दे नाल अपनी सांझ पै गई है, लाइन मिल गई है। वैद जी स्वागत, सत श्री अकाल जी। सत श्री अकाल सर, जिन्ने भी चैनल पर इसी दे अज प्रोस्ते जुड़े ने सब नूं मेरी प्यार भरी सत श्री अकाल जी। जी बहुत धन्यवाद जी थोड़ा जुड़न दे वास्ते। हां जी, और वैद जी गाहां चल गए, किवें जिहड़े तुसीं नुस्खे है साडे स्रोतां नूं दसदे हो ते खास करके बहुत सारी फीडबैक सानू भी आउंदी है और साडे तों वध तुहाडे कोल आउंदी हो क्योंकि तुहाडा सबजैक्ट है। हां जी हां जी, किहो जिहा रिस्पांस रहिंदा नुस्खे तुसीं दस्सिओ, उस तों बाद हंगारा स्रोतां दा किहो जिहा। सर देखो जदों तो शो शुरू होया ना जी, ते उदों तो समझ लो कि इन्ना रिस्पांस इन्ना प्यार स्रोतियां दा आशीर्वाद मिलदा है जिदी कोई मैं शब्दां विच बयान नहीं कर सकदा जी। काफी फीडबैक आउंदी है ते काफी प्यार मिलदा है, क्यों देखो जिहड़े घरेलू नुस्खे ने किते ना किते कम आउंदे ने, किते ना किते रोग नूं रोकदे ने। उहदे करके एलोपैथिक दवाईआं तों लोक काफी ज्यादा दुखी ने, उते अज समय भी सारे आयुर्वेदिक वाल ते घरेलू नुस्खे वाल मुड़ रहे ने, उहदे करके फीडबैक बहुत ज्यादा मिलदा जी। ਇਹ ਚੰਗੀ ਗੱਲ ਹੈ ਜੀ। ਔਰ ਇੱਕ ਨਾ ਅੱਜ ਜਦੋਂ ਵੀ ਤੁਹਾਡਾ ਟਾਈਮ ਲੱਗਿਆ ਪ੍ਰੋਗਰਾਮ ਦੇ ਵਿੱਚ, ਕਾੜਾ ਜ਼ਰੂਰ ਦੱਸਿਓ ਕਿ ਆਹ ਇਮਿਊਨਿਟੀ ਬੂਸਟ ਕਰਨ ਦੇ ਵਾਸਤੇ ਕਾੜਾ ਕਾਹਦਾ ਲਾਹੇਵੰਦ ਹੋ ਸਕਦਾ ਤੇ ਊਂ ਵੈਸੇ ਅੱਜ ਕੀ ਤੁਸੀਂ ਸੋਚਿਆ ਹੋਇਆ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾਉਣ ਦੇ ਵਾਸਤੇ ਜੀ। ਦੇਖੋ ਸਰ, ਪਿਛਲੇ ਪ੍ਰੋਗਰਾਮਾਂ ਵਿੱਚ ਆਪਾਂ ਨੇ ਬਜ਼ੁਰਗਾਂ ਬਾਰੇ, ਬੱਚਿਆਂ ਬਾਰੇ, ਔਰਤਾਂ ਬਾਰੇ ਗੱਲ ਕੀਤੀ ਜੀ, ਉਹਨਾਂ ਨੂੰ ਕਿਹੜੀ ਕਿਹੜੀ ਪ੍ਰੋਬਲਮ ਆਉਂਦੀਆਂ ਨੇ ਜੀ, ਉਹਨਾਂ ਬਾਰੇ ਆਪਾਂ ਪ੍ਰੋਗਰਾਮ ਕੀਤਾ ਜੀ। ਤੇ ਮੇਰੀ ਅੱਜ ਇੱਛਾ ਤੇ ਜਿਹੜੀ 25 ਤੋਂ ਲੈ ਕੇ 35 ਸਾਲ ਦੀ ਉਮਰ ਹੁੰਦੀ ਹੈ ਉਹਦੇ ਵਿੱਚ ਕਈ ਪ੍ਰੋਬਲਮ ਆਉਂਦੀਆਂ ਜੀ। ਕਿਉਂ ਦੇਖੋ ਜਿਹੜੀ ਅੱਜ ਦੀ ਲਾਈਫ ਆ ਨਾ ਜੀ, ਬਿਜੀ ਲਾਈਫ ਆ, ਭੱਜ ਦੌੜ ਸਾਰੇ ਜਾਰੀ, ਮਤਲਬ ਬੰਦਾ ਭੱਜਦਾ ਨੱਠਦਾ ਕੰਮ ਕਰਦਾ, ਉਹਦੇ ਵਿੱਚ ਕਈ ਪ੍ਰੋਬਲਮਾਂ ਇਹੋ ਜਿਹੀਆਂ ਆ ਜਾਂਦੀਆਂ ਵੀ ਉਹਦੇ ਕਰਕੇ ਸਟ੍ਰੈਸ ਆਮ ਬੰਦੇ ਦੇ ਭਾਰੂ ਹੋ ਜਾਂਦਾ ਜੀ। ਤੇ ਉਹਦੇ ਕਰਕੇ ਜਿਹੜਾ ਸ਼ੋਆ ਜੀ ਆਪਾਂ ਉਸੇ ਕਰਕੇ ਕਰ ਰਹੇ ਹਾਂ ਵੀ ਕੋਈ ਵੀ ਪ੍ਰੋਬਲਮ ਜਿਹੜੀ ਹੁੰਦੀ ਹੈ ਨਾ 25 ਤੋਂ ਲੈ ਕੇ 35 ਸਾਲ ਤੱਕ ਜੀ, ਉਹਨਾਂ ਦੇ ਬਾਰੇ ਆਪਣੀ ਗੱਲ ਕਰਨੀ ਹੈ ਜੀ। ਔਰ 25 ਤੋਂ 35 ਇਸ ਸਮੇਂ ਦੇ ਵਿੱਚ ਕਿਹੋ ਜਿਹੀਆਂ ਬਿਮਾਰੀਆਂ ਤੇ ਕਿਹੋ ਜਿਹੀ ਮਨੋਦਸ਼ਾ ਹੁੰਦੀ ਹੈ ਜੀ? ਫਿਰ ਦੇਖੋ ਸਰ, ਆਪਾਂ ਪਿਛਲੇ ਪ੍ਰੋਗਰਾਮ ਵਿੱਚ ਗੱਲ ਕਰਦੇ ਆ ਰਹੇ, ਦੇਖੋ ਜਿਹੜੇ ਮੈਰਿਡ ਲਾਈਫ ਤੋਂ ਬਾਅਦ ਤੁਹਾਨੂੰ ਪਤਾ ਵੀ ਜ਼ਿੰਦਗੀ ਜਿਹੜੀ ਹੁੰਦੀ ਆ ਕਾਫੀ ਜਿਹਨੂੰ ਪੰਜਾਬੀ ਚ ਕਹਿੰਦੇ ਖੱਜਲ ਖੁਆਰ ਵਾਲੀ ਹੋ ਜਾਂਦੀ, ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਜੀ। ਤੇ ਅੱਜ ਦੇ ਸਮੇਂ ਵਿੱਚ ਦੇਖੋ ਭੱਜ ਨੱਠ ਇੰਨੀ ਹੈ ਵੀ ਟਾਈਮ ਘੱਟ ਆ ਤੇ ਕੰਮ ਜ਼ਿਆਦਾ ਜੀ। ਸਹੀ ਗੱਲ, ਤੇ ਉੱਥੇ ਦਿਮਾਗ ਤੇ ਵੀ ਅਸਰ ਪੈਣਾ ਹੈ ਤੇ ਸਰੀਰ ਤੇ ਵੀ ਅਸਰ ਪੈਣਾ, ਪੇਟ ਤੇ ਵੀ ਅਸਰ ਪੈਣਾ। ਸਹੀ, ਦਿਮਾਗ ਦੇਖੋ ਉਲਝਿਆ ਰਹਿੰਦਾ ਸਾਰੀ ਦਿਹਾੜੀ ਵੀ ਆਹ ਵੀ ਕੰਮ ਨਿਬੜ ਜਾਵੇ, ਆਹ ਵੀ ਕੰਮ ਰਹਿ ਜਾਵੇ, ਆਹ ਵੀ ਨਿਬੜ ਜਾਵੇ, ਆਹ ਵੀ ਰਹਿ ਗਿਆ, ਠੀਕ ਹੈ ਜੀ। ਤੇ ਦਿਲ ਕਾਫੀ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਸਟ੍ਰੈਸ ਹੋਣ ਕਰਕੇ ਕਈ ਬਿਮਾਰੀਆਂ ਇਹੋ ਜਿਹੀਆਂ ਪੈਦਾ ਹੋ ਜਾਂਦੀਆਂ ਜਿਹਨਾਂ ਨਾਲ ਵੀ ਬੰਦੇ ਨੂੰ ਸਾਰੀ ਜਿਹੜੀ ਘੁੰਮਣ ਘੇਰੀ ਰਹਿੰਦੀ ਹੈ ਜੀ। ਤੇ ਹੁਣ ਜਲਦੀ ਜਲਦੀ ਖਾਣ ਪੀਣ ਨਾਲ ਪੇਟ ਵੀ ਖਰਾਬ ਹੁੰਦਾ ਸਰ ਜੀ, ਜਦੋਂ ਪੇਟ ਖਰਾਬ ਹੁੰਦਾ ਹੈ ਫਿਰ ਉਹਦੇ ਨਾਲ ਕਈ ਬਿਮਾਰੀਆਂ ਸਰੀਰ ਨੂੰ ਲੱਗਦੀ ਜਾਂਦੀ ਜੀ। ਤੇ ਹੁਣ ਦੇਖੋ ਜਿਵੇਂ ਆਪਾਂ ਦੇਖਦੇ ਹਾਂ ਜੀ, ਹੁਣ ਜਿਹੜੀ ਅੱਜ ਦੀ ਲਾਈਫ ਆ ਜੀ, ਉਹਦੇ ਵਿੱਚ ਕਈ ਮੇਰੇ ਜਿਹੜੇ ਸਰੋਤੇ ਇਹੋ ਜਿਹੇ ਨੇ ਵੀ ਜਿਹਨਾਂ ਨੂੰ ਆਫਿਸ ਵਿੱਚ ਵੀ ਕੰਮ ਹੁੰਦਾ ਜਾਂ ਕੋਈ ਜਿਹੜੇ ਪ੍ਰਾਈਵੇਟ ਕੰਮ ਕਰਦੇ ਨੇ, ਤੇ ਉੱਥੇ ਦੇਖੋ ਆਫਿਸ ਵਿੱਚ ਤਾਂ ਆਫਿਸ ਦੀ ਟੈਨਸ਼ਨ ਹੋਣੀ ਆ, ਤੇ ਜਿਹੜੀ ਪ੍ਰਾਈਵੇਟ ਕੰਮ ਕਰਦੇ ਨੇ ਤੇ ਉਹਨਾਂ ਨੂੰ ਬਾਹਰੇ ਸਟ੍ਰੈਸ ਜਿਹੜੀ ਜੋ ਵੀ ਹੈ ਆਪਣੀਆਂ ਅੱਜ ਦੀ ਲਾਈਫ ਵਿੱਚ ਜੋ ਵੀ ਹੈ ਭੱਜ ਨੱਠ ਕਰਕੇ ਜੀ ਪ੍ਰੋਬਲਮਾਂ ਆਉਂਦੀਆਂ ਰਹਿੰਦੀਆਂ ਨੇ ਜੀ। ਤੇ ਆਪਾਂ ਪਿੱਛੇ ਵੀ ਸਰ ਗੱਲ ਕਰਦੇ ਆਏ ਵੀ ਸਾਰੀਆਂ ਪ੍ਰੋਬਲਮ ਇੱਕ ਪਾਸੇ, ਸਿਹਤ ਇੱਕ ਪਾਸੇ, ਜਦੋਂ ਤੁਹਾਡੀ ਸਿਹਤ ਠੀਕ ਹੈ ਨਾ ਜੀ, ਸਿਹਤ ਦਾ ਤੁਸੀਂ ਆਪ ਖਿਆਲ ਰੱਖਿਆ, ਆਪਣੇ ਸਰੀਰ ਦੀ ਆਪ ਕੇਅਰ ਕੀਤੀ, ਤਾਂ ਜਿਹੜੀਆਂ ਪ੍ਰੋਬਲਮ ਆ ਉਹਨੇ ਆਪਣੇ 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 ਆਪ ਹੀ ਉਹਨਾਂ ਦਾ ਹੱਲ ਹੋਣਾ ਸਰ ਜੀ। ਦੇਖੋ ਅਕਸਰ ਆਪਾਂ ਸੁਣਦੇ ਹਾਂ ਵੀ ਬਾਕੀ ਕੰਮ ਬਾਅਦ ਚ ਕਰਨਾ ਸਿਹਤ ਜ਼ਰੂਰੀ ਹੈ ਜੀ, ਇਹ ਬਿਲਕੁਲ ਸਹੀ ਗੱਲ ਆ ਜੀ। ਦੇਖੋ ਹੁਣ ਆਪਾਂ ਪਾਉਂਡ, ਡਾਲਰ, ਯੂਰੋ ਜਾਂ ਜੋ ਇੰਡੀਆ ਦੇ ਰੁਪਏ ਪੈਸੇ ਕਮਾਉਣ ਦੇ ਮਗਰ ਭੱਜ ਭੱਜ ਕੇ ਆਪਣੀ ਸਿਹਤ ਵੱਲ ਜਿਹੜਾ ਗੌਰ ਕਰਨਾ ਤਾਂ ਬਿਲਕੁਲ ਹਟ ਗਏ ਜੀ।
ਹੁਣ ਜਿਹੜੀ ਡਾਲਰਾਂ ਦੀ ਰੁਪਈਆ ਕਮਾਉਣ ਦੀ ਜਿਹੜੀ ਭਜਨ ਨੱਠਾ ਜਿਹਦੇ ਨਾਲ ਸਰੀਰ ਦਾ ਅਸਲ ਚ ਸੱਤਿਆਨਾਸ਼ ਹੁੰਦਾ ਜਾ ਰਿਹਾ ਜੀ। ਮੁੱਖ ਦੀ ਗੱਲ ਵੀ ਬਿਜੀ ਲਾਈਫ ਵਿਚ ਦੇਖੋ ਟੈਨਸ਼ਨਾਂ ਮੁੱਕਣੀਆਂ ਨੀ ਤੇ ਕੰਮ ਕਾਰ ਮੁੱਕਣੇ ਨੀ, ਪਰ ਸਰੀਰ ਬਿਮਾਰ ਹੋ ਗਿਆ ਹਾਂਜੀ, ਫਿਰ ਸਰੀਰ ਬਿਮਾਰ ਹੋ ਗਿਆ ਫਿਰ ਟੈਨਸ਼ਨਾਂ ਵੀ ਵਧਣੀਆਂ ਤੇ ਕੰਮ ਕਾਰ ਵੀ ਰੁਕ ਜਾਣੇ ਨੇ। ਤਾਂ ਇਹ ਤਾਂ ਬੈਟਰ ਆ ਜੀ ਆਪਾਂ ਪਹਿਲਾਂ ਹੀ ਨੈਚੁਰਲ ਚੀਜ਼ਾਂ ਹੈਲਥੀ ਚੀਜ਼ਾਂ ਜਾਂ ਸ਼ੁੱਧ ਖਾਣਾ ਖਾਈਏ ਤਾਂ ਆਪਣਾ ਸਰੀਰ ਬਿਮਾਰ ਹੀ ਨੀ ਹੋਣਾ ਜੀ। ਦੇਖੋ ਸਰ, ਇੱਕ ਮ੍ਰਿਤਕ ਖਾਣਾ ਜਿਹਨੂੰ ਕਹਿੰਦੇ ਵੀ ਇੱਕ ਮ੍ਰਿਤਕ ਖਾਣਾ ਆਪਾਂ ਕਿਹਨੂੰ ਕਹਿੰਦੇ ਹਾਂ ਜੀ? ਜਿਵੇਂ ਆਪਾਂ ਦੇਖੋ ਫਾਸਟ ਫੂਡ ਚਟਪਟੇ ਸਮਾਨ ਹਰੀਆਂ ਸਬਜ਼ੀਆਂ ਨੂੰ ਬਾਰ ਬਾਰ ਇੱਕੋ ਵਾਰ ਬਣਾ ਕੇ ਉਹਨਾਂ ਨੂੰ ਬਾਰ ਬਾਰ ਗਰਮ ਕਰੀਆਂ ਤਾਂ ਉਹਦੇ ਵਿਚ ਜਿਹੜੀ ਉਹਦੀ ਖੁਰਾਕੀ ਤੱਤਾਂ ਲਈ ਭਰਪੂਰ ਮਾਤਰਾ ਹੁੰਦੀ ਉਹ ਸਾਰੀ ਨਸ਼ਟ ਹੋ ਜਾਂਦੀ ਹੈ। ਹੁਣ ਦੇਖੋ ਸਰ, ਅੱਜ ਕੱਲ ਸਪਰੇਆਂ ਇੰਨੀਆਂ ਹੁੰਦੀਆਂ ਨੇ ਜਿਹੜੇ ਫਸਲਾਂ ਉਹਨਾਂ ਵਿਚ ਵੀ ਜ਼ਹਿਰ ਆ ਜੀ। ਹੁਣ ਤਾਂ ਇੱਕ ਕਿਹੜੀ ਆਉਂਦੀ ਹੈ ਜੀ ਸਪਰੇ, ਕਹਿੰਦੇ ਇੱਕ ਵਾਰੀ ਕਰ ਦੋ 20 ਦਿਨ ਲੋੜ ਹੀ ਨੀ। ਬਸ ਉਹ ਇਹਨਾਂ ਸਪਰੇਆਂ ਦਾ ਜੀ ਪੌਦਿਆਂ ਤੇ ਜੋ ਅਸੀਂ ਖਾਣਾ ਪੀਣਾ ਉਹਨਾਂ ਦੀ ਜੜਾਂ ਤੇ ਅਸਰ ਹੁੰਦਾ, ਉਹੀ ਸਾਡੇ ਸਰੀਰ ਨੂੰ ਮਿਲਣਾ ਜੀ। ਸਹੀ। ਹੁਣ ਤੁਹਾਨੂੰ ਪਤਾ ਜੀ ਅੱਜ ਕੱਲ ਫਲ ਵੀ ਪੱਕੇ ਪਕਾਏ ਮਿਲਦੇ ਆ, ਨੈਚੁਰਲ ਫਲ ਆਪਾਂ ਨੂੰ ਜਿਹੜੇ ਦਰਖਤ ਪਰ ਹੀ ਪੱਕੇ ਹੁੰਦੇ ਉਹ ਆਪਾਂ ਨੂੰ ਨਹੀਂ ਮਿਲਦੇ ਜੀ। ਤਾਂ ਕਿਤੇ ਨਾ ਕਿਤੇ ਜਾ ਕੇ ਜੀ ਸਾਰੀਆਂ ਇਕੱਠਿਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਤਾਂ ਇੱਕ ਮ੍ਰਿਤਕ ਭੋਜਨ ਉਹ ਹੁੰਦਾ ਜੀ, ਜਿਵੇਂ ਸਪਰੇਹਾਂ ਨਾਲ ਕੀਤੀਆਂ ਹੋਈਆਂ ਫਸਲਾਂ, ਮਸਾਲਿਆਂ ਨਾਲ ਪਕਾਏ ਹੋਏ ਫਲ ਜਾਂ ਜੋ ਆਪਾਂ ਤਲਿਆ ਭੁਜਿਆ ਖਾਂਦੇ ਆ, ਸਾਰਾ ਜੀ ਮ੍ਰਿਤਕ ਭੋਜਨ ਚ ਆਉਂਦਾ। ਹੁਣ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਟੋਟਲ ਆਰਗੈਨਿਕ ਚੀਜ਼ਾਂ ਖਾਈਏ ਆਪਾਂ, ਤਾਂ ਆਪਾਂ ਬਿਮਾਰੀਆਂ ਤੇ ਬਚੇ ਰਹੋਗੇ ਤੇ ਘੱਟੋ ਘੱਟ ਇੰਨਾ ਕੁ ਮਨ ਚ ਡਰ ਪੈਦਾ ਕਰੋ ਵੀ ਜਿਹੜੀ ਸਿਹਤ ਨੂੰ ਨੁਕਸਾਨ ਕਰਦੀ ਉਹ ਚੀਜ਼ ਆਪਾਂ ਨਾ ਖਾਈਏ। ਠੀਕ ਹੈ ਜੀ। ਤੇ ਹੁਣ ਦੇਖੋ ਸਰ, ਆਪਾਂ ਵਾਰ ਵਾਰ ਹਰੇਕ ਸ਼ੋਅ ਵਿਚ ਇਹ ਗੱਲ ਕਰਦੇ ਆ ਰਹੇ ਹਾਂ ਜੀ, ਜਿਹੜੀ ਕੁਦਰਤੀ ਚੀਜ਼ਾਂ ਹੈ ਉਹਨਾਂ ਵੱਲ ਆਪਾਂ ਜ਼ਿਆਦਾ ਗੌਰ ਕਰਾਂਗੇ ਤਾਂ ਕਾਫੀ ਚੀਜ਼ਾਂ ਦਾ ਹੱਲ ਆਪਣੇ ਆਪ ਹੀ ਨਿਕਲਦਾ ਜਾਣਾ ਜੀ, ਲਾਈਫ ਵੀ ਈਜ਼ੀ ਹੁੰਦੀ ਜਾਣੀ ਹੈ ਤੇ ਕਾਫੀ ਚੀਜ਼ਾਂ ਦਾ ਹੱਲ ਨਿਕਲਦਾ ਜਾਣਾ ਜੀ। ਹੁਣ ਮੈਂ ਪਿਛਲੀ ਸ਼ੋਅ ਵਿਚ ਗੱਲ ਆਮ ਕਰਦਾ ਹੁੰਦਾ ਜੀ, ਮੈਡੀਸਨ ਪਲਾਂਟ ਜਿਹੜੇ ਆਪਾਂ ਘਰ ਲਾਉਣੇ ਸ਼ੁਰੂ ਕਰਤੇ ਤੇ ਉਹਨਾਂ ਦੀ ਉਹਨਾਂ ਨੂੰ ਪਾਲ ਕੇ ਆਪਣੇ ਜੀਵਨ ਚ ਉਤਾਰ ਲਿਆ ਤਾਂ ਦੇਖੋ ਸਰ ਕਈ ਪ੍ਰੋਬਲਮ ਦਾ ਹੱਲ ਆਪਣੇ ਆਪ ਹੀ ਹੁੰਦਾ ਜਾਣਾ ਜੀ। ਦੇਖੋ ਹੁਣ ਦੇਖੋ ਆਪਾਂ ਕਹਿੰਦੇ ਕਿ ਜੇ ਤੁਹਾਡੀ ਸਿਹਤ ਜ਼ਰੂਰੀ ਆ ਤਾਂ ਉਹਦੇ ਵਾਸਤੇ ਜਿੰਨੀ ਕੁ ਕਮਾਈ ਆ ਤੁਹਾਡੀ, ਜਿੰਨੀ ਕੁ ਤੁਸੀਂ ਇਨਕਮ ਆ ਤੁਹਾਡੀ, ਉਹਦੇ ਹਿਸਾਬ ਨਾਲ ਤੁਹਾਨੂੰ ਕੁਛ ਪੌਸ਼ਟਿਕ ਖੁਰਾਕਾਂ ਹੋ ਗਈਆਂ ਜਾਂ ਜਿਹੜੀ ਆ ਕੁਦਰਤੀ ਚੀਜ਼ਾਂ ਉਹ ਆਪਾਂ ਨੂੰ ਜ਼ਰੂਰ ਖਾਣੀਆਂ ਚਾਹੀਦੀਆਂ ਜਿਹਦੇ ਨਾਲ ਆਪਾਂ ਨੂੰ ਇਹ ਬਿਮਾਰੀਆਂ ਤੋਂ ਰਾਹਤ ਮਿਲੇ ਜੇ ਆਪਾਂ ਨੂੰ ਬਿਮਾਰੀਆਂ ਲੱਗਣ ਨਾ ਜੀ। ਦੇਖੋ ਰੁਪਈਏ ਕਮਾਉਣ ਦਾ ਕੋਈ ਫਾਇਦਾ ਨਹੀਂ ਜਦ ਤੱਕ ਤੁਹਾਡਾ ਸਰੀਰ ਨਹੀਂ ਚੱਲਦਾ। ਸਹੀ ਗੱਲ। ਠੀਕ ਹੈ ਜੀ। ਹੁਣ ਤੰਦਰੁਸਤੀ ਜ਼ਰੂਰੀ ਆ ਕੀਮਤੀ ਲਾਈਫ ਵਿਚ, ਇਹ ਆਪਣੀ ਜਿਹੜੀ ਤੰਦਰੁਸਤੀ ਹੈ ਇਹੀ ਆਪਣੀ ਜੀਵਨ ਜਿਹੜਾ ਹੈਗਾ ਉਹਦਾ ਇੱਕ ਸਫਲਤਾ ਦੀ ਜਿਹਨੂੰ ਪੂੰਜੀ ਕਹਿ ਦਿੰਦੇ ਉਹ ਆ ਗਈ ਆਪਣੀ ਜੀ। ਚੰਗੀ ਸਿਹਤ ਹੀ ਆਪਣੇ ਸਾਰੀਆਂ ਚੀਜ਼ਾਂ ਦਾ ਹੱਲ ਹੈ ਜੀ। ਤਾਂ ਸਰ ਆਪਾਂ ਦੇਖਦੇ ਹਾਂ ਜੀ ਅੱਜ ਕੱਲ ਜਿਹੜਾ ਕੰਮ ਕਾਰ ਆ ਜੀ ਉਹ ਕਾਫੀ ਬਿਜੀ ਆ ਜੀ, ਬਿਜੀ ਰਹਿਣ ਕਰਕੇ ਜੀ ਕਾਫੀ ਪ੍ਰੋਬਲਮ ਖੜੀਆਂ ਹੁੰਦੀਆਂ ਜੀ ਤੇ ਉਹਦੇ ਵਿਚ ਇੱਕ ਜ਼ਰੂਰੀ ਚੀਜ਼ ਹੋ ਜਾਂਦੀ ਹੈ ਵੀ ਸਰੀਰ ਨੂੰ ਨਾ ਜੀ ਤਾਕਤ ਐਨਰਜੀ ਸਟੈਮਿਨਾ ਇਹਦੀ ਬਹੁਤ ਲੋੜ ਆ ਜੀ। ਸਹੀ ਗੱਲ ਜੀ। ਹੁਣ ਆਪਾਂ ਸਾਰੀ ਦਿਹਾੜੀ ਆਪਾਂ ਕੰਮ ਕਰਨਾ ਤਾਂ ਆਪਣੇ ਸਰੀਰ ਚ ਇੰਨੀ ਕੁ ਐਨਰਜੀ ਹੋਣੀ ਚਾਹੀਦੀ ਵੀ ਆਪਾਂ ਕੰਮ ਨੂੰ ਛੇਤੀ ਨਵੇੜ ਲਈਏ ਤੇ ਆਪਣੇ ਦਿਮਾਗ ਤੇ ਫਾਲਤੂ ਲੋਡ ਨਾ ਪਾਈਏ ਜੀ। ਠੀਕ ਹੈ ਜੀ। ਹੁਣ ਦੇਖੋ ਸਰ ਆਯੁਰਵੇਦਿਕ ਵਿਚ ਤਾਂ ਬਹੁਤ ਮਹਿੰਗੀਆਂ ਦਵਾਈਆਂ ਤੇ ਬਹੁਤ ਕੀਮਤੀ ਨੁਸਖੇ ਪਏ ਨੇ ਜਿਹੜੇ ਸਰੀਰ ਨੂੰ ਬਿਮਾਰ ਕਰਨ ਨੂੰ ਨਹੀਂ ਦਿੰਦੇ ਜਾਂ ਬਿਮਾਰੀ ਲੱਗਣ ਨਹੀਂ ਦਿੰਦੇ। ਜਿਵੇਂ ਦੇਖੋ ਸਰ ਜਿਹੜੇ ਜਾਣੂ ਬੰਦੇ ਉਹਨਾਂ ਨੂੰ ਪਤਾ ਜੀ ਸੋਨਾ ਭਸਮ ਚਾਂਦੀ ਭਸਮ ਬਹੁਤ ਹੱਦ ਤੱਕ ਜੀ ਸਰੀਰ ਦੀ ਕਾਇਆ ਬਦਲ ਦਿੰਦੇ ਨੇ, ਕਹਿਣ ਦੇ ਵਿੱਚ ਕਾਇਆ ਬਦਲ ਕਰ ਦਿੰਦੇ ਨੇ। ਠੀਕ ਹੈ ਜੀ। ਹਾਂਜੀ। ਦੇਖੋ ਸਰ ਮੈਂ ਅਕਸਰ ਹੀ ਕਹਿੰਦਾ ਵੀ ਜਿਹੜੇ ਫਾਰਮੂਲੇ ਜਿਹੜੇ ਦੇਸੀ ਨੁਸਖੇ ਨੇ ਆਪਾਂ ਉਹੀ ਦੱਸੀਏ ਜਿਹੜੇ ਜਿਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਜਿਹੜਾ ਬੰਦਾ ਘਰ ਬਣਾ ਕੇ ਵਰਤ ਸਕਦਾ। ਦੇਖੋ ਐਨਰਜੀ ਜ਼ਰੂਰੀ ਹੈ, ਸਟੈਮਿਨਾ ਜ਼ਰੂਰੀ ਹੈ, ਇਹਦੇ ਵਾਸਤੇ ਮੈਂ ਤੁਹਾਨੂੰ ਪਹਿਲਾ ਜਿਹੜਾ ਨੁਸਖਾ ਦੱਸਾਂਗਾ ਜੀ। ਇਹ ਅਕਸਰ ਤੁਸੀਂ ਯੂਟਿਊਬ ਪਰ ਆਮ ਹੀ ਸੁਣਦੇ ਰਹਿੰਦੇ ਵੀ ਅਸ਼ਵਗੰਧ ਜੀ। ਦੇਖੋ ਸਰ ਜਿਹੜੀ ਅਸ਼ਵਗੰਧ ਆ ਇਹ ਕਾਫੀ ਜਿਹਨੂੰ ਕਹਿੰਦੇ ਘੋੜੇ ਦੀ ਤਾਕਤ ਦਿੰਦੀ ਹੈ ਜਿਹਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਜੀ। ਦੇਖੋ ਜੇ ਜਿਹਨਾਂ ਨੇ ਵੀ ਐਨਰਜੀ ਕਾਇਮ ਰੱਖਣੀ ਸਰੀਰ ਦੀ ਤਾਂ ਉਹਨਾਂ ਵਾਸਤੇ ਜੀ ਮੈਂ ਅਸ਼ਵਗੰਧ ਦਾ ਫਾਰਮੂਲਾ ਦੱਸਣ ਲੱਗੇ
ਜੀ ਕਿਸੇ ਵੀ ਸੰਸਾਰੀ ਤੋਂ ਜਾਂ ਆਨਲਾਈਨ ਜਿਹੜੇ ਆਪਣੇ ਮੇਰੀ ਐਨ ਆਰ ਆਈ ਭਰਾ ਬੈਠੇ ਨੇ ਆਨਲਾਈਨ ਵੀ ਚੰਗੀ ਜਿਹੀ ਜੜੀ ਬੂਟੀ ਮਿਲ ਜਾਂਦੀ ਜੀ ਚੰਗੀ ਕੁਆਲਿਟੀ ਦੀ ਜੀ ਤੁਸੀਂ ਅਸਗੰਧ ਲੈ ਲੈਣੀ ਹੈ ਜੀ ਘੱਟੋ ਘੱਟ ਉਹਦਾ ਵੇਟ ਹੋਵੇ 1 ਕਿਲੋ ਜੀ ਮਹਿੰਗੀ ਵੀ ਨਹੀਂ ਹੈ ਹਾਂਜੀ ਮਹਿੰਗੀ ਵੀ ਨਹੀਂ ਹੈ ਜੀ ਤੇ 1 ਕਿਲੋ ਅਸਗੰਧ ਲੈ ਕੇ ਜੀ ਤੁਸੀਂ ਉਹਨੂੰ ਉਹਦੇ ਵਿਚ 4 ਕਿਲੋ ਦੁੱਧ ਗਾਂ ਦਾ ਪਾ ਕੇ ਰੱਖ ਦੇਣਾ ਜੀ ਉਹ 1 ਜਾਂ 2 ਦਿਨ ਮਗਰ ਉਹਨੂੰ ਬਦਲ ਦੇਣਾ ਜੀ ਠੀਕ ਹੈ ਸ਼ੋ ਕੱਢ ਦੇਣਾ ਹਾਂਜੀ ਨਵਾਂ ਪਾ ਦੇਣਾ ਜੀ ਤੇ ਹਰੇਕ ਵਾਰੀ ਤੁਸੀਂ ਘੱਟੋ ਘੱਟ 1 ਕਿਲੋ ਅਸਗੰਧ ਮਗਰ ਦੀ 4 ਕਿਲੋ ਇਹ ਦੁੱਧ ਲੱਗਦਾ ਜੀ ਦੁੱਧ ਪਾ ਕੇ ਉਹਨੂੰ ਬਦਲ ਦੇਣਾ ਹਾਂਜੀ ਜੀ ਤੇ ਜਦੋਂ ਤੱਕ ਦੁੱਧ ਦਾ ਰੰਗ ਚਿੱਟਾ ਜਿਹਨੂੰ ਕਹਿੰਦੇ ਦੁੱਧ ਵਰਗਾ ਨਾ ਹੋਵੇ ਉਦੋਂ ਤੱਕ ਬਦਲਣਾ ਪੈਣਾ ਘੱਟੋ ਘੱਟ 4-5 ਵਾਰ ਬਦਲਣਾ ਪੈਂਦਾ ਜੀ ਠੀਕ ਹੈ ਜੀ ਜਦੋਂ ਆਪਾਂ ਨੇ 4 ਕਿਲੋ ਦੁੱਧ 1 ਕਿਲੋ ਅਸਗੰਧ ਚ ਪਾਇਆ ਤੇ ਬਦਲਤਾ ਜੀ ਜਿਸ ਦਿਨ ਨੇ ਦੇਖਿਆ ਤੁਸੀਂ ਹੁਣ ਦੁੱਧ ਵਰਗਾ ਹੀ ਰੰਗ ਰਹਿ ਗਿਆ ਵੀ ਕੋਈ ਹੋਰ ਅਸਗੰਧ ਦਾ ਰੰਗ ਇਹਦੇ ਵਿਚ ਨਹੀਂ ਹੈ ਉਸ ਦਿਨ ਜੀ ਉਹਨੂੰ ਕੱਢ ਕੇ ਆਪਾਂ ਨੇ ਧੋ ਲੈਣਾ ਜੀ ਤੇ ਉਹਨੂੰ ਤੁਸੀਂ ਧੁੱਪ ਚ ਸੁਕਾ ਲੈਣਾ ਜੀ ਇਹ ਤੁਹਾਡਾ 1 ਵਾਰ ਦਾ ਪ੍ਰੋਸੀਜਰ ਹੈ ਜੀ ਕਾਫੀ ਟਾਈਮ ਤੁਹਾਡੇ ਕੰਮ ਆਉਣਾ ਹੁਣ ਜਦੋਂ ਸੁਕਾ ਲਿਆ ਜੀ ਉਹ ਅਸਗੰਧ ਦੀ ਜਿਹਦੀ ਬੂਟੀ ਸੁਕਾ ਲਈ ਆਪਾਂ ਅਕਸਰ ਦੇਖਦੇ ਹਾਂ ਸਰ ਸੁਨੈਰ ਜੀ ਤੁਸੀਂ ਦੇਖਦੇ ਨੇ ਵੀ ਅਸਗੰਧ ਪੰਸਾਰੀ ਤੋਂ ਅਗਲਾ ਖਰੀਦਦਾ ਡਾਇਰੈਕਟ ਕਈ ਪੀਸੇ ਵਸਾਏ ਲੈ ਲੈਂਦੇ ਜੀ ਖਰੀਦ ਕੇ ਉਹਨੂੰ ਸਿੱਧੇ ਹਾਂ ਸਿੱਧੇ ਉਹਨੂੰ ਮਤਲਬ ਆਮ ਨਾਰਮਲ ਖਾ ਲੈਂਦੇ ਪਰ ਸਹੀ ਢੰਗ ਹੈ ਜੀ ਅਸਗੰਧ ਨੂੰ ਖਾਣ ਦਾ ਸ਼ੁੱਧ ਕਰਨ ਦਾ ਢੰਗ ਜਿਹੜਾ ਮੈਂ ਦੱਸ ਰਿਹਾ ਜੀ ਇਹੀ ਹੈ ਜੀ ਇਹ ਹੁਣ ਇਹਨੂੰ ਕਹਿੰਦੇ ਵੀ ਸ਼ੁੱਧੀਕਰਨ ਹੋ ਜਾਂਦਾ ਅਸਗੰਧ ਦਾ ਇਹਦੇ ਵਿੱਚ ਪਾਵਰ ਵੱਧ ਜਾਂਦੀ ਜੀ ਠੀਕ ਹੈ ਜੀ ਤਾਂ ਆਪਾਂ ਨੇ ਜੀ ਉਹ ਅਸਗੰਧ ਸੁਕਾ ਲਿਆ ਸੁਕਾਉਣ ਤੋਂ ਬਾਅਦ ਇਹਨੂੰ ਆਪਣੇ ਕਿਸੇ ਵੀ ਬਰਤਨ ਵਿੱਚ ਪਾ ਕੇ ਰੱਖ ਲਿਆ ਜਦੋਂ ਲੋੜ ਆ ਜੀ ਤਾਂ ਤੁਸੀਂ 60 ਗ੍ਰਾਮ ਇਹਦਾ ਜੜਾਂ ਲੈ ਕੇ ਜੀ ਉਹਨੂੰ ਪਾਊਡਰ ਬਣਾ ਲਓ ਜੀ 60 ਗ੍ਰਾਮ ਅਸਗੰਧ ਦੀਆਂ ਜੀ ਜਿਹੜਾ ਆਪਾਂ ਨੇ ਸ਼ੁੱਧ ਕੀਤਾ ਹੈ 60 ਗ੍ਰਾਮ ਲੈ ਕੇ ਇਹਨੂੰ ਕੁੱਟ ਕੇ ਜੀ ਪਾਊਡਰ ਬਣਾ ਲਓ ਤੇ ਇਹਦੇ ਵਿੱਚ 50 ਗ੍ਰਾਮ ਤੁਸੀਂ ਸੁਹਾਂਜਣੇ ਦਾ ਪਾਊਡਰ ਮਿਲਾਉਣਾ ਜੀ ਮੋਰਿੰਗੋ ਪਾਊਡਰ 50 ਗ੍ਰਾਮ ਪਾ ਕੇ ਤੁਸੀਂ ਇਹਨੂੰ ਮਿਕਸ ਕਰਕੇ ਰੱਖ ਲਓ ਠੀਕ ਹੈ ਜੀ ਇਹ ਦੋਹੇ ਆਈਟਮਾਂ ਇੱਕ ਤਿਆਰ ਹੋ ਗਈਆਂ ਜੀ ਤੁਸੀਂ ਫੇਰ ਕੀ ਕਰਨਾ ਜੀ ਇੱਕ ਹੋਮੋਪੈਥਿਕ ਦੀ ਦਵਾਈ ਆਉਂਦੀ ਅਲਫਾ ਅਲਫਾ ਮਾਲਟ ਜੀ ਇੱਕ ਜੈਮ ਵਾਂਗੂ ਹੁੰਦਾ ਜਿਵੇਂ ਜੈਮ ਹੁੰਦਾ ਨਾ ਜੀ ਇਹ ਐਵੇਂ ਹੁੰਦਾ ਜੀ 250 ਗ੍ਰਾਮ ਇਹ ਲੈ ਕੇ ਜੀ ਇਹਦੇ ਵਿੱਚ ਤੁਸੀਂ ਅਸਗੰਧ ਤੇ ਜਿਹੜੀ ਆਪਾਂ ਨੇ ਸੁਹਾਂਜਣਾ ਪਾਇਆ ਮੋਰਿੰਗੋ ਪਾਇਆ ਉਹਦੇ ਚ ਮਿਕਸ ਕਰ ਲੈਣਾ ਜੀ ਚੰਗੀ ਤਰ੍ਹਾਂ ਮਿਕਸ ਕਰਨਾ ਵੀ ਜਿਹਦੇ ਨਾਲ ਵੀ ਚੰਗੀ ਤਰ੍ਹਾਂ ਇੱਕ ਜਾਨ ਹੋ ਜੂ ਜੀ ਤੇ ਇਹਨੂੰ ਤੁਸੀਂ ਕਿਸੇ ਵੀ ਭਾਂਡੇ ਵਿੱਚ ਪਾ ਕੇ ਰੱਖ ਲਓ ਇਹਦਾ 1-1 ਚਮਚਾ ਸਵੇਰੇ ਸ਼ਾਮ ਤੁਸੀਂ ਖਾਓ ਜੀ ਦੁੱਧ ਨਾਲ ਜੀ ਤਾਂ ਤੁਸੀਂ ਦੇਖੋ ਜੀ ਸਾਰੀ ਦਿਹਾੜ ਤੁਹਾਨੂੰ ਸਕੇਮਾ ਨਹੀਂ ਹੋਣਾ ਜਿੰਨਾ ਮਰਜ਼ੀ ਕੰਮ ਕਰ ਲਿਓ ਤੁਹਾਨੂੰ ਸਕੇਮਾ ਨਹੀਂ ਹੋਣਾ ਬਿਲਕੁਲ ਐਨਰਜੀ ਸਟੈਮਿਨਾ ਤੁਹਾਡੀ ਬਿਲਕੁਲ 1 ਨੰਬਰ ਤੇ ਰਹੂਗਾ ਜਿਹਨੂੰ ਕਹਿ ਦਿੰਦੇ ਪੰਜਾਬੀ ਠੀਕ ਹੈ ਜੀ ਇਹਦੇ ਨਾਲ ਜੀ ਦੇਖੋ ਥਕਾਨ ਨਹੀਂ ਹੋਣੀ ਦਿਮਾਗੀ ਲੋੜ ਤੇ ਜਿਵੇਂ ਕਹਿੰਦੇ ਆ ਵੀ ਸਾਰਾ ਦਿਨ ਕੰਮ ਕਰਦੇ ਕਰਦੇ ਪਿੰਨੀਆਂ ਦੁਖਣ ਲੱਗ ਗਈਆਂ ਲੱਤਾਂ ਦੁਖਣ ਲੱਗ ਗਈਆਂ ਹਾਂ ਬਿਲਕੁਲ ਜੀ ਬਿਲਕੁਲ 1 ਨੰਬਰ ਦਾ ਫਾਰਮੂਲਾ ਜੀ ਆਮ ਘਰੇਲੂ ਚੀਜ਼ਾਂ ਦਾ ਕੋਈ ਕਿਸੇ ਵੀ ਦਵਾਈ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਜੀ ਠੀਕ ਹੈ ਜੀ ਇਹ ਜਿਹੜੀਆਂ ਚੀਜ਼ਾਂ ਜੀ ਬਿਲਕੁਲ ਜਿਵੇਂ ਮੈਂ ਦੱਸਿਆ ਵੀ ਅਸਗੰਧ ਨੂੰ ਸ਼ੁੱਧ ਕਰਕੇ ਹੀ ਵਰਤੋ ਜੀ ਤੇ ਦੇਖੋ ਇਹ ਇੱਕ ਖੁਰਾਕ ਆ ਨਾ ਕਿ ਦਵਾਈ ਤੁਸੀਂ ਬੇਫਿਕਰ ਹੋ ਕੇ ਇਹਨੂੰ ਵਰਤੋ ਤੇ ਤੁਸੀਂ ਦੇਖਿਓ ਜੀ ਤੁਹਾਨੂੰ ਮਹੀਨੇ ਦੇ ਵਿੱਚ ਲੱਗਣਾ ਪਤਾ ਵੀ ਹਾਂ ਸਰੀਰ ਕੁਛ ਜਿਵੇਂ ਤੁਸੀਂ ਕਹਿ ਕੇ ਸਾਡੇ ਵੀ ਕਾਟੋ ਫੁੱਲਾਂ ਪਰ ਖੇਲਦੀ ਜੀ ਇਹ ਫਾਰਮੂਲਾ ਜੀ ਪਹਿਲਾਂ ਜਿਹੜਾ ਸਰੀਰ ਦੀ ਐਨਰਜੀ ਬਣਾ ਕੇ ਰੱਖਦਾ ਜੀ ਸਰੀਰ ਨੂੰ ਐਕਟਿਵ ਰੱਖਦਾ ਇਹ ਪਹਿਲਾ ਫਾਰਮੂਲਾ ਜੀ ਇਹ ਹੈ ਸਿੰਪਲ ਫਾਰਮੂਲਾ ਸਰ ਹੁਣ ਤੁਸੀਂ ਆਸਰ ਸੁਣਿਆ ਵੀ 4 ਤਾਂ ਆਪਾਂ ਹਰੇਕ ਘਰਾਂ ਚ ਪਾਉਂਦੇ ਨੇ ਜੀ ਪਰ ਤੁਸੀਂ ਸਰ ਕਦੇ ਸੁਣਿਆ ਵੀ ਛੁਹਾਰੇ ਦਾ ਅਚਾਰ ਪਾਇਆ ਨਾ ਜੀ ਅਸੀਂ ਤਾਂ ਬੱਕਰੇ ਦਾ ਵੀ ਨਹੀਂ ਪਾਇਆ ਕਦੇ ਇਹ ਜਿਹੜਾ ਹੁਣ ਮੈਂ ਅੱਜ ਦੱਸਣਾ ਜੀ ਛੁਹਾਰੇ ਦਾ ਅਚਾਰ ਆ ਜੀ ਕਾਫੀ ਪੌਸ਼ਟਿਕ ਖੁਰਾਕ ਆ ਜੀ ਛੁਹਾਰਾ ਇੱਕ ਬਹੁਤ ਪਾਵਰਫੁਲ ਜਿਹਨੂੰ ਕਹਿ ਦਿੰਦੇ ਆਪਾਂ ਡਰਾਈ ਫਰੂਟ ਆ ਜੀ ਜੀ ਠੀਕ ਆ ਜੀ ਇਹ ਛੁਹਾਰੇ ਵਿੱਚ ਦੇਖੋ ਸਰ ਕੈਲਸ਼ੀਅਮ ਫਾਸਫੋਰਸ ਫਾਈਬਰ ਕਾਰਬੋਹਾਈਡਰੇਟ ਮਿਨਰਲ ਪ੍ਰੋਟੀਨ ਕਾਫੀ ਹੁੰਦਾ ਜੀ ਇਹਦੇ ਵਿੱਚ ਜੀ ਛੁਹਾਰਾ ਇੱਕ ਬਹੁਤ ਪੌਸ਼ਟਿਕ ਤੇ ਤਾਕਤਵਰ ਚੀਜ਼ ਆ ਜੀ ਤੁਸੀਂ ਕੀ ਕਰਨਾ ਜੀ ਜਿੰਨੇ ਵੀ ਸਰੋਤੇ ਸੁਣਦੇ ਨੇ ਜੀ ਇਹ ਘਰੇਲੂ ਅਚਾਰ ਕਦੇ ਪਾ ਕੇ ਦੇਖੋ ਜੀ ਦੇਖੋ ਵੀ ਇਹਦੀ ਕਿੰਨੀ ਪਾਵਰ ਆ ਜੀ 1/2 ਕਿਲੋ ਛੁਹਾਰੇ ਤੁਸੀਂ ਲੈ ਲੈਣੇ ਜੀ ਜੀ ਉਹ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਉੱਪਰੋਂ 1/2 ਕਿਲੋ ਛੁਹਾਰੇ ਦੇ ਕੇ ਚੰਗੀ ਤਰ੍ਹਾਂ ਮਿੱਟੀ ਘੱਟਾ ਦਾ ਹਟਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲਓ ਜੀ ਉਹਨੂੰ ਵਿਚਾਲੇ ਤੋਂ ਥੋੜਾ ਜਿਹਾ ਟੱਕ ਲਾ ਕੇ ਉਹਦੀ ਗੁੱਟੜੀ ਕੱਢ ਦੇਣੀ ਜੀ ਜਿਹੜੀ ਗਿਟਕ ਹੁੰਦੀ ਆ ਉਹਨੂੰ ਕੱਢ ਕੇ ਪਾਸੇ ਕਰ ਦੇਣਾ ਜੀ ਵੀ ਛੁਹਾਰਾ ਪੂਰਾ ਨਹੀਂ ਕੱਟਣਾ ਹੈ ਜੀ ਵਿਚਾਲੋ ਕੱਢ ਕੇ ਥੋੜਾ ਜਿਹਾ
ਥੋੜਾ ਜਿਹਾ ਕੱਟ ਕੇ ਉਹਦੀ ਜਗ੍ਹਾ ਬਣਾ ਲੈਣੀ ਤੇ ਇੱਕ ਜਿਹੜਾ ਮੈਂ ਮਸਾਲਾ ਦੱਸਣ ਲੱਗੇ ਉਹਦੇ ਵਿੱਚ ਭਰਨਾ ਜੀ ਜਿਵੇਂ ਸਾਰਾ ਘਰੇਲੂ ਸਮਾਨ ਆ ਜੀ ਕੋਈ ਬਾਹਰਲਾ ਸਮਾਨ ਨਹੀਂ ਹੈਗਾ ਤੁਸੀਂ ਕੀ ਕਰਨਾ ਜੀ ਤੇ ਸੁਹਾਰਾ ਕੱਟ ਲਿਆ ਉਹਨੂੰ ਇੱਕ ਪਾਸੇ ਰੱਖ ਲਓ ਜੀ ਤੇ ਗਿੱਟ ਤੋਂ ਦੀ ਕੱਢੋ ਤੇ ਤੁਸੀਂ ਉਹਦੇ ਵਿੱਚ ਕੀ ਕਰਨਾ ਜੀ ਕਾਲੀ ਮਿਰਚ ਜੀ ਮਗਾਂ ਤੇ ਦਾਲਚੀਨੀ ਠੀਕ ਆ ਜੀ ਇਹ ਤਿੰਨੇ ਚੀਜ਼ਾਂ 30-30 ਗ੍ਰਾਮ ਦੀ ਮਾਤਰਾ ਜੇ ਪਾਊਡਰ ਬਣਾ ਕੇ ਰੱਖ ਲੈਣਾ ਜੀ ਕਾਲੀ ਮਿਰਚ ਮਗਾਂ ਤੇ ਦਾਲਚੀਨੀ ਠੀਕ ਆ ਜੀ ਤੇ ਅਗਲਾ ਸਮਾਨ ਆ ਜਿਹੜੀ ਸੁੰਡ ਸਫੈਦ ਜੀਰਾ ਕਾਲਾ ਜੀਰਾ ਇਹ ਤਿੰਨੇ ਚੀਜ਼ਾਂ 20-20 ਗ੍ਰਾਮ ਲੈ ਕੇ ਇਹ ਇਹਦੇ ਚ ਪਾ ਲੈਣਾ ਜੀ ਠੀਕ ਆ ਜੀ ਤੇ ਇੱਕ ਸੇਂਦਾ ਨਮਕ 80 ਗ੍ਰਾਮ ਤੇ ਮਿਸ਼ਰੀ 250 ਗ੍ਰਾਮ ਜੀ ਇਹ ਤਿੰਨੇ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਵਾਰੀ ਵਾਰੀ ਕਾਲੀ ਮਿਰਚ ਮਗਾਂ ਦਾਲਚੀਨੀ ਸੁੰਡ ਸਫੈਦ ਜੀਰਾ ਕਾਲਾ ਜੀਰਾ ਤੇ ਸੇਂਦਾ ਨਮਕ ਤੇ ਮਿਸ਼ਰੀ ਇਹ ਸਭ ਦਾ ਜੀ ਇੱਕ ਪਾਊਡਰ ਬਣ ਗਿਆ ਤੁਸੀਂ ਇਹਨਾਂ ਦੇ ਜਿਹੜੇ ਆਪਣੇ ਛੁਆਰੇ ਕੱਟ ਕੇ ਬਚਾਲੋ ਕੱਟੇ ਨੇ ਜੀ ਉਹਦੇ ਵਿੱਚ ਭਰ ਦੇਣਾ ਜੀ ਪਾਊਡਰ ਖੋਲ ਕੇ ਛੁਆ ਲੈਣਾ ਜੀ ਉਹਦੇ ਵਿੱਚ ਕੱਲੇ ਕੱਲੇ ਛੁਆਰੇ ਵਿੱਚ ਇਹ ਜਿਹੜਾ ਚੂਰਨ ਆਪਣੇ ਬਣਾਇਆ ਮਿਕਸ ਕਰਕੇ ਚੰਗੀ ਤਰ੍ਹਾਂ ਇਹਦੇ ਵਿੱਚ ਭਰ ਦੇਣਾ ਜੀ ਤੇ ਤੁਸੀਂ ਕਿਸੇ ਵੀ ਕੱਚ ਦੇ ਭਾਂਡੇ ਵਿੱਚ ਇਹਨੂੰ ਪਾ ਕੇ ਰੱਖ ਦੋ ਤੇ ਉੱਤੋਂ ਥੋੜਾ ਨਿੰਬੂ ਦਾ ਰਸ ਪਾ ਦੋ ਵੀ ਜਿਹਦੇ ਨਾਲ ਥੋੜਾ ਹਲਕਾ ਜਿਹਾ ਢੱਕ ਜਾਵੇ ਪੂਰਾ ਨਾ ਢੱਕਿਓ ਹਲਕਾ ਜਿਹਾ ਢੱਕ ਦੇ ਤੇ 5 ਦਿਨ ਇਹਨੂੰ ਤੁਸੀਂ ਧੁੱਪ ਚ ਰੱਖ ਦੋ ਜੀ ਇਹ ਛੁਆਰਿਆਂ ਨੂੰ ਭਰ ਕੇ ਜੀ 5 ਦਿਨ ਵਾਸਤੇ ਧੁੱਪ ਚ ਰੱਖ ਦੇਣਾ ਤੇ 5 ਦਿਨ ਮਗਰੋਂ ਇਹ ਚਾਰ ਤਿਆਰ ਆ ਜੀ ਤੁਹਾਡਾ ਕਿਆ ਬਾਤ ਠੀਕ ਹੈ ਜੀ 2 ਪੀਸ ਸਵੇਰੇ ਤੇ 2 ਪੀਸ ਸ਼ਾਮ ਨੂੰ ਤੁਸੀਂ ਖਾਣੇ ਨੇ ਜੇ ਬੱਚਾ ਤੁਹਾਡਾ ਕੋਈ ਪੜ੍ਹਦਾ ਹੈ ਸਕੂਲ ਜਾਂਦਾ ਤੁਸੀਂ 1 ਪੀਸ ਉਹਦੇ ਟਿਫਨ ਬਾਕਸ ਵਿੱਚ ਲੰਚ ਬਾਕਸ ਵਿੱਚ ਪਾ ਦੋ ਤੇ ਉਹ ਬੱਚਾ ਵੀ ਖਾਵੇ ਠੀਕ ਆ ਜੀ ਬਜੁਰਗ ਹੋਣ ਚਾਹੇ ਨੌਜਵਾਨ ਹੋਣ ਤੇ ਇਹ 2-2 ਛੁਆਰੇ ਸ਼ੁਰੂ ਕਰ ਲੋ ਜੀ ਤੁਸੀਂ ਦੇਖਿਓ ਜੀ ਜਦੋਂ ਇਹਨੂੰ ਸਟਾਰਟ ਕਰੋਗੇ ਇਹਨਾਂ ਦੀ ਹਾਜ਼ਮਾ ਭੁੱਖ ਤੇ ਕਬਜ਼ ਬਿਲਕੁਲ ਨਹੀਂ ਹੋਊਗੀ ਜੀ ਇਸ ਚੀਜ਼ ਨਾਲ ਠੀਕ ਆ ਜੀ ਅਚਾਰ ਤਾਂ ਆਪਾਂ ਵੈਸੇ ਵੀ ਕਈ ਤਰ੍ਹਾਂ ਦੇ ਖਾਂਦੇ ਪਰ ਜਿਹੜੇ ਅਚਾਰ ਆ ਜੀ ਹਾਜ਼ਮਾ ਭੁੱਖ ਕਬਜ਼ ਤੇ ਐਨਰਜੀ ਤੇ ਦਿਮਾਗੀ ਤਾਕਤ ਤੇ ਬਿਲਕੁਲ ਜੀ ਪੌਸ਼ਟਿਕ ਤੇ ਐਂਟੀ ਏਜਿੰਗ ਜਿਹਨੂੰ ਕਹਿੰਦੇ ਆ ਤਾਕਤਵਰ ਖੁਰਾਕ ਆ ਜੀ ਤੁਹਾਨੂੰ ਸਾਰੀ ਦਿਹਾੜੀ ਥਕਾਨ ਨਹੀਂ ਹੋਊਗੀ ਐਨਰਜੀ ਬਰਕਰਾਰ ਰਹੂਗੀ ਜਿਹਦੀ ਆਪਾਂ ਨੂੰ ਲੋੜ ਆ ਜੀ ਸਟ੍ਰੈਸ ਭਰੀ ਜ਼ਿੰਦਗੀ ਵਿੱਚ ਆਪਾਂ ਨੂੰ ਐਨਰਜੀ ਬਹੁਤ ਜ਼ਰੂਰੀ ਹੈ ਜੀ ਆਪਣਾ ਸਰੀਰ ਐਕਟਿਵ ਹੋਣਾ ਚਾਹੀਦਾ ਤੇ 2 ਫਾਰਮੂਲੇ ਦੱਸੇ ਜੀ ਇੱਕ ਪਹਿਲਾਂ ਅਸਗੰਧ ਵਾਲਾ ਤੇ ਇਹ ਛੁਹਾਰਾ ਜਿਹੜਾ ਮੈਂ ਚਾਰ ਪਾਉਣਾ ਦੱਸਿਆ ਜੀ ਇਹ ਸਰੀਰ ਨੂੰ ਕਾਫੀ ਐਕਟਿਵ ਰੱਖਦਾ ਸਰ ਜੀ ਇੱਕ ਮੈਨੂੰ ਸਵਾਲ ਆਇਆ ਜੀ ਕਿ ਅਸ਼ਵਗੰਧਾ ਅਸ਼ਗੰਧ ਇਜ਼ ਸੇਮ ਆਕਸਨ ਵੀ ਸੇਮ ਹੈ ਜੀ ਅਸ਼ਵਗੰਧਾ ਅਸਗੰਧ ਅਸਗੰਧ ਨਗੌਰੀ ਅਸਗੰਧ ਨਗੌਰੀ ਤੇ ਅਸਗੰਧ ਜਿਹੜੀ ਆਮ ਆਪਣੇ ਆਕਸਨ ਮਿਲਦੀ ਹੈ ਥੋੜਾ ਜਿਹਾ ਫਰਕ ਹੈ ਮੈਂ ਜੀ ਹੋਰ ਡਿਟੇਲ ਚ ਦੱਸ ਦੇਣਗੇ ਹਾਂਜੀ ਹਾਂਜੀ ਅਸਗੰਧ ਤੇ ਅਸਗੰਧ ਇੱਕੋ ਹੀ ਚੀਜ਼ ਹੈ ਜੀ ਠੀਕ ਹੈ ਜੀ ਤੇ ਕਈ ਕਈ ਪ੍ਰਦੇਸ਼ਾਂ ਵਿੱਚ ਅਲੱਗ ਅਲੱਗ ਪ੍ਰਦੇਸ਼ਾਂ ਚ ਆਉਂਦੀ ਆ ਤੇ ਜਿਹੜੀ ਨਗੌਰੀ ਆ ਇਹ ਸਭ ਤੋਂ ਵਧੀਆ ਹੁੰਦੀ ਹੈ ਜੀ ਠੀਕ ਹੈ ਜੀ ਤੇ ਇਹਦੀ ਛੋਟੀ ਜਿਹੀ ਪਛਾਣ ਆ ਜੀ ਇੱਕ ਤਾਂ ਹੁੰਦੀ ਹੈ ਬਿਲਕੁਲ ਲੱਕੜ ਟਾਈਪ ਜਿਹਨੂੰ ਕਹਿੰਦੇ ਜੜ ਉਹ ਨਾ ਲਿਓ ਇੱਕ ਹੁੰਦੀ ਥੋੜੀ ਗੋਲ ਹੁੰਦੀ ਆ ਤੇ ਇਹ ਤੋੜਨ ਤੋਂ ਬਾਅਦ ਉਹਦੇ ਵਿੱਚ ਤੁਹਾਨੂੰ ਵੈਸੇ ਹੀ ਟੁੱਟ ਜਾਣੀ ਆਰਾਮ ਨਾਲ ਮੁਲੱਠੀ ਵਰਗੀ ਹਾਂਜੀ ਮੁਲੱਠੀ ਵਰਗੀ ਜਿਹੜੀ ਦੂਜੀ ਹੁੰਦੀ ਆ ਉਹ ਟੁੱਟਦੀ ਨਹੀਂ ਹੈ ਉਹ ਵਿੱਚੋਂ ਤੁਹਾਨੂੰ ਪਤਾ ਲੱਗ ਜਾਣਾ ਵੀ ਹਾਂ ਅੰਦਰਲਾ ਪਾਸਾ ਹਾਰਡ ਆ ਜਿਹਦੀ ਆਰਾਮ ਨਾਲ ਟੁੱਟਦੀ ਆ ਉਹ ਅਸਗੰਧ ਸਭ ਤੋਂ ਬੈਟਰ ਆ ਠੀਕ ਹੈ ਜੀ ਇਹ ਅਸਗੰਧ ਦੀ ਅਸਲੀ ਪਛਾਣ ਆ ਜੀ ਇੱਕ ਸਵਾਲ ਹੈ ਜੀ ਮੇਰੇ ਕੋਲ ਹੋਰ ਫਿਰ ਆਪਾਂ ਗਾਂ ਤੁਹਾਡੇ ਵਾਲੀ ਗੱਲ ਨੂੰ ਅੱਗੇ ਤੋਰ ਲਾਂਗੇ ਜੀ ਤੇ ਕਹਿੰਦੇ ਜੀ 85 ਸਾਲ ਦੀ ਉਮਰ ਹੈ ਵਾਸ਼ਰੂਮ ਲੱਗ ਕੇ ਆਉਂਦਾ ਬਾਕੀ ਸਭ ਫਿੱਟ ਹੈ ਦੇਖੋ ਸਰ ਕਿਤੇ ਨਾ ਕਿਤੇ ਜਿਹੜਾ ਵਾਸ਼ਰੂਮ ਜਿਹੜਾ ਲੱਗ ਕੇ ਆਉਂਦਾ ਤਾਂ ਉਹਦੇ ਗਰਮੀ ਹੈ ਸਰੀਰ ਵਿੱਚ ਗਰਮੀ ਦੀ ਮਾਤਰਾ ਜ਼ਿਆਦਾ ਪੇਟ ਚ ਵੀ ਕੋਈ ਨੁਕਸ ਹੋਊਗਾ ਜ਼ਰੂਰ ਕਬਜ਼ ਰਹਿੰਦੀ ਹੋਊਗੀ ਜਾਂ ਹਾਜ਼ਮਾ ਠੀਕ ਨਹੀਂ ਹੁੰਦਾ ਪਹਿਲੀ ਗੱਲ ਤਾਂ ਜੇ ਕਬਜ਼ ਰਹਿੰਦੀ ਹੈ ਤੇ ਹਾਜ਼ਮਾ ਖਰਾਬ ਰਹਿੰਦਾ ਉਹਨੂੰ ਠੀਕ ਕੀਤਾ ਜਾਵੇ ਠੀਕ ਹੈ ਜੀ ਤੇ ਜੇ ਪਿਸ਼ਾਬ ਲੱਗ ਕੇ ਆਉਂਦਾ ਜੀ ਸਭ ਤੋਂ ਬੈਟਰ ਇਲਾਜ ਇਹਦੇ ਵਾਸਤੇ ਜੀ ਸਰੋਤੇ ਨੇ ਜੀ ਸਾਡੇ ਨਾਲ ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰ ਲਈਏ ਹੈਲੋ ਸਤਿ ਸ੍ਰੀ ਅਕਾਲ ਜੀ ਸਿੱਧੂ ਸਾਹਿਬ ਜੀ ਬਾਈ ਜੀ ਸਤਿ ਅਕਾਲ ਵੈਦ ਸਾਹਿਬ ਇੱਕ ਤਾਂ ਇਹ ਦੱਸਿਓ ਵੀ ਇਹ ਜਿਹੜਾ ਤੁਸੀਂ ਦੱਸਿਆ ਵੀ ਇਹ ਦੁੱਧ ਚ ਧੋਣੀ ਹੈ ਜਾਂ ਰੱਖਣੀ ਹੈ ਇਹਦਾ ਰੰਗ ਦੁੱਧ ਦਾ ਕਿਵੇਂ ਜਿਹਾ ਹੋਜੂਗਾ ਤੇ ਨੰਬਰ 2 ਤੇ ਕੀ ਉਹ ਫਿਰ 4 ਕਿਲੋ ਜਿਹੜਾ ਦੁੱਧ ਆ ਉਹ ਰੋੜ ਹੀ ਦੇਣਾ ਕਿ ਉਹ ਵੀ ਕਿਸੇ ਵਰਤੋਂ ਵਰਤੋਂ ਜਾ ਜਾਂਦਾ ਧੰਨਵਾਦ ਇਹ ਗੱਲ ਮੈਂ ਵੀ ਪੁੱਛਣੀ ਸੀਗੀ ਜੇ ਵਿੱਚੇ ਰਹਿ ਗਈ ਖੋਆ ਵੀ ਕੱਢਿਆ ਜਾ ਸਕਦਾ ਉਹਦਾ ਦੇਖੋ ਸਰ ਜਿਹੜਾ ਅਸਗੰਧ ਦੀ ਜੜ ਹੁੰਦੀ ਹੈ ਨਾ ਜੀ ਉਹ ਉਹਦੇ ਵਿੱਚ ਮਿੱਟੀ ਘੱਟਾ ਹੁੰਦਾ ਸਰ ਜੀ ਉਹ ਇੱਕ ਸ਼ੁੱਧ ਕੀਤਾ ਉਹ ਆ ਅਸਗੰਧ ਨੂੰ ਸ਼ੁੱਧ ਕਰਨ ਦਾ ਫਾਰਮੂਲਾ ਉਹ
ਉਹ ਦੁੱਧ ਵੇਸਟ ਆ ਜੀ ਆਪਣਾ, ਉਹ ਖਰਾਬ ਆ, ਉਹਨੂੰ ਨੀ ਵਰਤਣਾ ਜੀ, ਕਿਉਂ ਉਹ ਜਿਹੜਾ ਅਸਗੰਧ ਦਾ ਜ਼ਹਿਰ ਆ ਜੋ ਉਹਦੇ ਵਿੱਚ ਕੈਮੀਕਲ ਵਗੈਰਾ ਹੁੰਦੇ ਨੇ ਉਹ ਸਾਰੇ ਉਹਦੇ ਚ ਦੁੱਧ ਚ ਜਾਣੇ, ਉਹ ਦੁੱਧ ਵੇਸਟ ਆ ਜੀ, ਦੁੱਧ ਸੁੱਟ ਦੇਣਾ ਜੀ। ਫਿਰ ਬਾਕੀ ਰੰਗ ਜਿਹੜਾ ਦੁੱਧ ਦਾ ਰਹਿਣਾ ਜੀ ਉਹ ਰਹਿਣਾ ਬਰਾਉਨ ਕਲਰ, ਹਲਕਾ ਚਿੱਟੇ ਨਾਲ ਥੋੜਾ ਹਲਕਾ ਜਿਹਾ ਬਰਾਉਨ ਹੋ ਜਾਣਾ, ਦੁੱਧ ਨੀ ਵਰਤਣਾ। ਤੇ ਬਾਕੀ ਦੁੱਧ ਬਦਲਦੇ ਰਹਿਣਾ, ਚਾਰ ਕੁ ਦਿਨ ਦੁੱਧ ਬਦਲਣਾ ਪੈਣਾ ਜੀ। ਠੀਕ ਆ ਜੀ। ਤੇ ਜਿਹੜਾ ਸਰੋਤੇ ਦਾ ਸਵਾਲ ਤਾਂ ਉਹਦਾ ਜਵਾਬ ਦਈਏ ਜੀ ਆਪਾਂ। ਹਾਂ ਬਿਲਕੁਲ, ਉਹ ਤਾਂ ਚਾਹੀਦਾ ਜੀ ਸਵਾਲਾਂ ਵਾਸਤੇ। ਉਹ ਕਹਿੰਦੇ ਵਾਸ਼ਰੂਮ ਲੱਗ ਕੇ ਆਉਂਦਾ ਜੀ, ਪਹਿਲੀ ਗੱਲ ਤਾਂ ਪੇਟ ਚ ਗਰਮੀ ਹੋਊਗੀ ਜ਼ਰੂਰ। ਠੀਕ ਆ ਜੀ। ਪੇਟ ਦਾ ਇਲਾਜ ਕੀਤਾ ਜਾਵੇ, ਹਾਜ਼ਮਾ ਠੀਕ ਨੀ ਰਹਿੰਦਾ ਕਬਜ਼ ਰਹਿੰਦੀ, ਉਹਦਾ ਇਲਾਜ ਕੀਤਾ ਜਾਵੇ। ਠੀਕ ਆ ਜੀ। ਤੇ ਦੂਜੀ ਗੱਲ ਇਹਦੇ ਵਾਸਤੇ ਨਾ ਜੀ, ਪੁਨਰਵਾਦ ਦੀ ਮੰਡੂਰ ਇੱਕ ਗੋਲੀ ਆਉਂਦੀ ਹੈ, ਪੁਨਰਵਾਦ ਦੀ ਮੰਡੂਰ ਜੀ। ਠੀਕ ਆ ਜੀ। ਬੇਸ਼ਕ ਮੈਨੂੰ ਪਰਸਨਲ ਮੈਸੇਜ ਕਰਕੇ ਮੈਂ ਸਪੈਲਿੰਗ ਲਿਖ ਕੇ ਭੇਜ ਦੂੰਗਾ ਜੀ। ਪੁਨਰਵਾਦ ਦੀ ਮੰਡੂਰ ਇੱਕ ਗੋਲੀ ਆਉਂਦੀ ਜੀ, ਤੁਸੀਂ ਉਹ ਦੋ ਗੋਲੀਆਂ ਸਵੇਰੇ ਸ਼ਾਮ ਲੈਣੀ ਹੈ ਜੀ। ਤੇ ਇੱਕ ਜੀ ਗੋਖਰੂ ਜਿਹਨੂੰ ਕਹਿ ਦਿੰਦੇ ਆ ਭਖੜਾ ਕਹਿ ਦਿੰਦੇ ਆ, ਤੇ ਉਹਦਾ ਕਾੜਾ ਬਣਾ ਕੇ ਪੀਣਾ ਜੀ। ਕਾੜਾ ਕਿਵੇਂ, 10 ਗ੍ਰਾਮ ਤੁਸੀਂ ਉਹਦਾ ਪਾਊਡਰ ਲੈ ਲੈਣਾ ਜੀ ਗੋਖਰੂ ਦਾ, ਤੇ ਉਹਨੂੰ 2 ਗਲਾਸ ਪਾਣੀ ਵਿੱਚ ਉਬਾਲ ਦੇਣਾ। ਜਦੋਂ ਉਬਾਲ ਕੇ ਜਦ ਪਾਣੀ 1 ਗਲਾਸ ਰਹਿ ਗਿਆ ਤਾਂ ਉਹਨੂੰ ਛਾਣ ਕੇ, ਜਿਹੜੇ ਇੰਡੀਆ ਵਾਲੇ ਕਾਲਰ ਸੱਜਣਾ ਜੀ ਥੋੜੀ ਜੀ ਵੇਟ ਕਰ ਲਿਓ ਬਾਈ ਜੀ, ਆਪਾਂ ਪਹਿਲਾਂ ਸਵਾਲ ਪੁੱਛ ਲਈਏ, 2-3 ਮਿੰਟਾਂ ਬਾਅਦ ਦੁਬਾਰਾ ਕਰ ਲਿਓ ਜੀ। ਤੇ ਉਹਨੂੰ 2 ਗਲਾਸ ਪਾਣੀ ਦੇ ਦੀ, 10 ਗ੍ਰਾਮ ਗੋਖਰੂ ਦਾ ਕਾੜਾ ਉਬਾਲੀ ਜਾਣਾ। ਜਦੋਂ 1 ਗਲਾਸ ਪਾਣੀ ਦਾ ਰਹਿ ਗਿਆ ਉਹਨੂੰ ਛਾਣ ਕੇ ਉਹ ਪੀ ਲੈਣਾ ਸਵੇਰੇ ਸ਼ਾਮ ਜੀ। ਤੇ ਪਲੱਸ ਜਿਹੜੀ 2 ਪੁਨਰਵਾਦੀ ਮੰਡੂਰ 2 ਗੋਲੀਆਂ ਸਵੇਰੇ ਤੇ 2 ਗੋਲੀਆਂ ਸ਼ਾਮ ਨੂੰ ਲਾਓ, ਬਾਕੀ ਗਰਮ ਚੀਜ਼ਾਂ ਖੱਟੀਆਂ ਤਿੰਨ ਚੀਜ਼ਾਂ ਦਾ ਪ੍ਰਯੋਗ ਕਰੋ ਤਾਂ ਕਾਫੀ ਹੱਦ ਤੱਕ ਹੱਲ ਹੋ ਜੀ। ਜੀ ਠੀਕ ਹੈ ਜੀ। ਹੋਰ ਸਵਾਲ ਜੀ ਕੋਈ? ਹੋਰ ਤਾਂ ਨਹੀਂ ਹੈ ਜੀ। ਜਿਹੜਾ ਆ ਰਿਹਾ ਸੀ ਅਸੀਂ ਇਹਦਾ ਜ਼ਿਕਰ ਕਰਦੇ ਸੀ, ਹੁਣ ਇੱਕ ਇੰਡੀਆ ਤੋਂ ਕਾਲ ਸੀ, ਉਹ ਕਾਲਰ ਸੱਜਣ ਸਾਡੇ ਨਾਲ ਜੁੜ ਜਾਣ, ਸਵਾਗਤ ਹੈ ਇਹਨਾਂ ਦਾ, ਜੁੜੀ ਗਏ ਜੀ, ਜੇ ਜੁੜੇ ਰਹਿਣਗੇ ਤਾਂ। ਤੇ ਮੇਰੇ ਖਿਆਲ ਦੇ ਵਿਚ ਹੁਣ ਇਹਨਾਂ ਦੀ ਲਾਈਨ ਡ੍ਰੌਪ ਹੋ ਗਈ ਦੁਬਾਰਾ ਬੈਜ ਜੀ ਹੋਰਾਂ ਦੀ, ਆਪਾਂ ਫੇਰ ਸਾਂਝ ਪਾਉਣੇ ਆ ਜੀ। ਮੇਰੀ ਇੱਕ ਬੇਨਤੀ ਹੈ ਜੀ ਕਿ ਕੱਲ ਆਪਾਂ ਸਾਰੀਆਂ ਲੈਣੀਆਂ ਹੁੰਦੀਆਂ ਕਿਸੇ ਵੀ ਸਰੋਤੇ ਨਾਲ ਜਦੋਂ ਸਾਂਝ ਪਾਉਣੇ ਜਾਂ ਮਹਿਮਾਨ ਕੋਈ ਹੁੰਦਾ, ਇੰਨੀ ਕੁ ਵੇਟ ਕਰ ਲਿਆ ਕਰੋ ਕਿ ਜਦੋਂ ਕੋਈ ਮਹਿਮਾਨ ਜੁੜਦਾ ਆਪਾਂ ਘੱਟੋ ਘੱਟ ਉਹਦੀ ਕਾਲ ਦਾ ਇੰਤਜ਼ਾਰ ਕਰ ਲਈਏ, ਕਿਉਂਕਿ ਸਾਡੇ ਮਹਿਮਾਨ ਹੈ ਜਿਹੜੇ, ਉਹਨਾਂ ਨੇ ਕਿਸੇ ਨਾ ਕਿਸੇ ਨੂੰ ਜਵਾਬ ਦੇਣਾ ਹੁੰਦਾ, ਤੇ ਜਦੋਂ ਉਹ ਕਿਸੇ ਗੱਲ ਦੇ ਉੱਤੇ ਜਵਾਬ ਦੇ ਰਹੇ ਆ ਫਿਰ ਤੁਹਾਡੀ ਕਾਲ ਵਿੱਚ ਲਵਾਂਗੇ ਤਾਂ ਦਵਾਈਆਂ ਜਾਂ ਨੁਸਖੇ ਜਾਂ ਕੋਈ ਵੀ ਸਵਾਲ ਹੁੰਦਾ ਉਹ ਘੜਮਸ ਜਿਹਾ ਪੈ ਜਾਂਦਾ। ਇਸ ਕਰਕੇ ਬੇਨਤੀ ਹੈ ਜੀ, ਥੋੜਾ ਜਿਹਾ ਜਾਪਤਾ ਬਣਾ ਲਿਆ ਕਰੋ ਆਪਦੇ ਆਪ ਚ ਹੀ, ਤੇ ਆਪਣੀਆਂ ਦੋਨੇ ਗੱਲਾਂ ਸਵੇਰੇ ਲੱਗ ਜਾਂਦੀਆਂ ਫਿਰ। ਤੇ ਇਧਰੋਂ ਬੈਜ ਜੀ ਹੋਰਾਂ ਦੇ ਨਾਲ ਆਪਾਂ ਦੁਬਾਰਾ ਮਿਲਾ ਲਈਏ ਜੀ। ਬੈਜ ਜੀ ਹਾਂਜੀ, ਤੇ ਹੁਣ ਮੈਂ ਕਾਲਰ ਸੱਜਣਾ ਜੀ, ਹੁਣ ਇਧਰੋਂ ਇੱਕ ਉਹਨਾਂ ਨੂੰ ਮੈਂ ਆਵਾਜ਼ ਮਾਰ ਲਾਂ, ਇੰਡੀਆ ਤੋਂ ਕਾਲ ਸੀ। ਹਾਂਜੀ ਬਾਈ ਜੀ, ਹੁਣ ਤੁਸੀਂ ਜੁੜ ਸਕਦੇ ਹੋ, ਜਿਹੜੇ ਵੀ ਸਰੋਤੇ ਸੱਜਣ ਸਾਡੇ ਕੋਲ ਮੈਸੇਜ ਕਰ ਰਹੇ ਸੀ ਇਹ ਸਮੱਸਿਆ ਜੀ, ਮੇਰੇ ਖਿਆਲ ਦੇ ਵਿਚ ਵਾਰ ਵਾਰ ਉਹਨਾਂ ਦਾ ਨੰਬਰ ਸਕਿਪ ਹੋ ਰਿਹਾ ਜਾਂ ਕੋਈ ਹੋਰ ਪ੍ਰੋਬਲਮ ਹੈ। ਜੇ ਬਾਈ ਜੀ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਤੁਸੀਂ ਮੈਨੂੰ ਲਿਖ ਕੇ ਵੀ ਭੇਜ ਸਕਦੇ ਹੋ ਮੈਸੇਜ। ਹਾਂਜੀ ਬਾਈ ਜੀ, ਅਸੀਂ ਜੁੜਨ ਜਾ ਰਹੇ ਹਾਂ, ਇੱਕ ਵਾਰੀ ਫੇਰ ਟਰਾਈ ਕਰਦੇ ਹਾਂ। ਹਾਂਜੀ ਸਫਲ, ਹਾਂਜੀ ਸਵਾਗਤ। ਹਾਂਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਇੱਕ ਦੋ ਰੁਕ ਕੇ ਵੈਲ ਸਾਹਿਬ ਤੋਂ ਆਪਦੇ ਲੀਵਰ ਦੇ ਮੁਤਲਕ ਪੁੱਛਣੇ ਸੀ ਜੀ। ਜੀ ਇੱਕ ਦੋ ਪੁੱਛਣਾ ਸੌਖਾ ਜੀ ਵੈਲ ਸਾਹਿਬ ਜੀ। ਹਾਂ ਹਾਂ ਹਾਂਜੀ ਵੈਲ ਸਾਹਿਬ, ਮੈਨੂੰ ਹੈਪੇਟਾਈਟਿਸ ਸੀ ਹੋ ਗਿਆ ਸੀ ਜੀ 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 ਜੀ, ਤੇ ਉਹਦਾ ਮੈਂ ਟ੍ਰੀਟਮੈਂਟ ਪੂਰਾ ਲੈ ਚੁੱਕਿਆ ਜੀ। ਹਾਂਜੀ, ਉਹਨੇ ਹੁਣ ਜਿੰਨਾ ਇਫੈਕਟ ਪਾਉਣਾ ਸੀ ਲੀਵਰ ਤੇ ਪਾਤਾ, ਕਹਿੰਦਾ ਮਤਲਬ ਲੀਵਰ ਸਰੋਸਤੀ ਜਾਇਜ਼ ਹੈ ਮੈਨੂੰ, ਤੇ ਲੀਵਰ ਡਾਕਟਰ ਦੇ ਮੁਤਾਬਕ 70% ਲੀਵਰ ਡੈਮੇਜ ਹੋ ਚੁੱਕਿਆ ਹੈ। ਠੀਕ ਹੈ ਜੀ, ਤੇ ਕੰਮ ਵੈਸੇ ਅਜੇ ਮਾੜਾ ਮੋਟਾ ਸਹੀ ਕਰੀ ਜਾਂਦਾ ਹੈ, ਤੇ ਮੈਨੂੰ ਇਹ ਲੀਵਰ ਦੀ ਤਾਕਤ ਬਣਾਈ ਰੱਖਣ ਲਈ ਵੀ 25-30 ਸਾਲ ਇਹੀ ਚੱਲ ਜੇ, ਤੇ ਕੀ ਕਰਨਾ ਪਊਗਾ ਜੀ? ਉਹ ਸਾਰੀਆਂ ਚੀਜ਼ਾਂ ਤਗੜੀਆਂ ਜੀ ਅੱਗੇ ਦੱਸੋ ਜੀ। ਦੇਖੋ ਜੀ, ਜਦੋਂ ਲੀਵਰ ਦੀ ਪ੍ਰੋਬਲਮ ਹੋ ਜਾਂਦੀ ਹੈ ਫਿਰ ਪਹਿਲੀ ਗੱਲ ਹੁੰਦੀ ਹੈ ਪਰੇ ਦਾਰੂ ਖੱਟੀ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ, ਬਾਕੀ ਜਿਹੜਾ ਤੁਹਾਡਾ ਭੋਜਨ ਆ ਉਹਨੂੰ ਟਾਈਮ ਲਾਓ, ਆਰਾਮ ਨਾਲ ਭੋਜਨ ਖਾਓ, ਜਲਦੀ ਜਲਦੀ ਭੋਜਨ ਨਹੀਂ ਖਾਣਾ, ਤੇ ਭਾਰੀਆਂ ਚੀਜ਼ਾਂ ਦਾ ਬਿਲਕੁਲ ਪਰਹੇਜ਼ ਰੱਖੋ। ਪਹਿਲੀ ਗੱਲ ਤਾਂ ਪਰਹੇਜ਼, ਇਹ ਜ਼ਰੂਰੀ ਨੇ ਪਰਹੇਜ਼ ਕਰਨੀ। ਅੱਛਾ, ਫਿਰ ਉਹਦੇ ਵਾਸਤੇ ਜੀ, ਹੁਣ ਜੇ ਤੁਸੀਂ ਲੀਵਰ ਨੂੰ ਕਾਇਮ ਰੱਖਣਾ, ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਜੀ ਪੁਨਰਵਾਦ ਦੀ ਮੰਡੂਰ, ਇਹ ਲੀਵਰ ਨੂੰ ਕਾਫੀ ਅਸਰ ਕਰਦੀ ਹੈ ਜੀ। ਇਹ ਪੁਨਰਵਾਦ ਦੀ ਮੰਡੂਰ ਤੁਸੀਂ 2-2 ਗੋਲੀਆਂ 3 ਟਾਈਮ ਲੈਣੀ ਹੈ ਜੀ। ਠੀਕ ਹੈ ਜੀ, ਤੇ ਨਾਲ ਇਹਦੇ ਜੀ ਇੱਕ ਐਮਡੀਕਿਓਰ DS ਲੀਵਰ ਦੀ ਬਣੀ ਬਣਾਈ ਸ਼ੀਸ਼ੀ ਆਉਂਦੀ ਐਮਲ ਕੰਪਨੀ ਦੀ, ਐਮਡੀਕਿਓਰ DS, ਇਹਦੇ 2-2 ਚਮਚੇ 3 ਟਾਈਮ ਜੀ, ਤੇ ਪੁਨਰਵਾਦ ਦੀ ਮੰਡੂਰ ਦੀਆਂ 2-2 ਗੋਲੀਆਂ 3 ਟਾਈਮ ਲਾਓ ਜੀ, ਤੇ ਬਾਕੀ ਜਿਹੜਾ ਖਾਣਾ ਪੀਣਾ ਉਹ ਸਹੀ ਰੱਖੋ,
काफी हद तक थोड़े वेगो नी बचा के रखो जी। हां लो जी, ए मसला भी हल हो गया। जैव सिंह सराय साहब का मैसेज है कि बैद जी नू जे लभना होवे ए आए नहीं लभदे जी, फेसबुक ते नहीं लभदे, ए फोन ते ही लभदे आ, ते तुसी फोन ते लभ सकदे हो जदों कितें जुड़ना होवे। 98-726-1-305 इस नंबर ते, क्योंकि फेसबुक आले पासे जे बैद जी आउण लग गए फिर अपने कोल नुस्खे नहीं होने, क्योंकि जिन्नी इन्हां कोल सवाल है जिन्नी इन्हां कोल समझ है वह तो लोगों ने नीति इन्हों पुछ लिया करना, अगर पोस्टा बना बना शेयर करी जाया करनी करके उधरले पास थोड़ा जा हजे तक बचा ही है जी। वैद जी अगे आप जोड़िए गल थोड़े नुस्खिया की अगे चल रही सी गल। हां जी देखो जिहड़ियां आपां गल्लां कर रहे हैं सेहत बारे, आपां पहला एनर्जी की गल करके हटे थे, जिवें एनर्जी बारे दो जिहड़े फार्मूले दसे पूरे जिन्हों कहने भी कामयाब नुस्खे ने जी, उन्होंने वरत्या जाए बेफिक्र होकर वरत्या जाए, ठीक है जी। हुण सर आपां देखदे हां वी ऑफिस दे काम जिहड़े हैगे ऐ उहदे विच देखिआ वी जदों आपां काम करदे हां तां ज्यादा निगाला काम हुंदा जी, कंप्यूटर या लैपटॉप अजकल नहीं तां तुहानूं पता आम ही मोबाइल पर चिमड़े रहिंदे बच्चे वी, ते ज्यादातर टाइम काफी परसेंट मोबाइल ते ही वेस्ट हो रहा, ठीक है जी। उस टाइम ही एक होर भी अजकल बच्चों की पढ़ाई भी तुहानूं पता ऑनलाइन चल रही है जी, उहदे करके बच्चों के अखां ते या जिहड़े ऑफिस च काम करदे उहनां दे अखां ते बहुत असर पैंदा जी, निगाह की घाट होंगी, सिर दर्द बनिया रहा है। उन्होंने वास्ते जो आप गल करांगे जी, एक दो फार्मूले दसने ने, ते बिल्कुल घरेलू चीजा जी जिन्हां नूं निगाह की घाट महसूस होंगी है भी निगाह टिकदी नहीं या निगाह जो कुछ पढ़ते तो ऐसा लगता निगाह फटती है या सिर भारा भारा होंगे, कुछ पढ़ने लग जाए तो सिर भारा भारा होने लग जाए, ये वास्ते जो आप देसी फार्मूला दसांगे जी घरेलू चीजा ने, जिवें आंवले का मुरब्बा जी, आंवले का मुरब्बा, सेब का मुरब्बा, गाजर का मुरब्बा, गुलकंद, ये चारे चीजा बिल्कुल प्योर वधिया कंपनी की रहो साफ सुथरी है, आंवला मुरब्बा, सेब मुरब्बा, गाजर का मुरब्बा, गुलकंद, ये सारी तिने बराबर बराबर लेके रख लो जी, आंवले की गुटली कड़ लो, जिहड़ा सेब उहदे बीज कड़ लो, ठीक है जी। इन्हू सब नू हौली हौली कुटना जी, किसी कूडे च कुट के ना हल्का हल्का कुट के जैम टैप बना लो, जिवें आप चटनी बनाने नहीं उस तरह इन्हें बन जाए, चंगी तरह मिक्स करके इन्हू रख लो जी, एक एक चमचा सवेरे शाम दुध नाल खाओ जी, जी। ए की प्रभाव होना शरीर से, एक तो निगाह तेज होगी या लगातार सिर दर्द बनया रहा, कई आप कहने की सिर दर्द लगातार बनता, पढ़ने सिर दर्द होने लग जाता, तो निगाह भी तेज होगी, सिर दर्द से दिमागी ताकत, दिमागी जी ताकत की पावर बधूगी इस फार्मूले में, ये फार्मूले तो बरतने बरतने। इसके नाल एक होर टुटका करना घर का जी, तुम 6 बदम दी गिरियां शाम नूं भिओ देनी है पानी जी, सवेरे उन्होंने जी उसके छिड़का ला के उन्होंने हल्का हल्का दर्रा दर्रा जिन्होंने कहने कुट लेना, एक चमचा सौंफ का जी कुटिया होया, एक चमचा मिश्री का जी, ठीक है जी, 6 बदम दी गिरियां, एक चमचा सौंफ का, एक चमचा मिश्री का, चंगी तरह इन मिक्स करके जी, हो सकता तुम थोड़ा मक्खन भी पा सकते जिन्हों टेस्टी बना, मक्खन पा के शाम भ्योते बदम सवेरे यूज करो खाली पेट जी, जो अपर फार्मूला दस लगातार वरत के देखो जी, ए होना दिमाग की ताकत निगाह देखो किमेंडी सैट होंगी जानी दिनों दिन जी, ठीक है जी। एक तो जी ए फार्मूला हो गया जी, किसी तो यह नहीं बनता, तो मैं एक होर एक बदल दे दूंगा जी, देखो जी भुजे हुए छोले आम मिल जाते हैं जी, सही गल है जी, ठीक है जी, भुजे हुए छोलिया का छिलका ला लेना जी, छिलका रहित छोले हो काले छोले जिन्हों कह देंगे भुजे हुए, अद्धा किलो छोले ले लेना जी, फिर उस तुम बदम काजू ते मगज जी, बदम काजू मगज ये 100-100 ग्राम लेके जी, ये मोटा मोटा कुट लो जी, चंगी तरह बरीक तो होंगे नी, ये छोले भी कुट लो, बदम काजू मगज भी कुट लो, 100-100 ग्राम तीन चीजा लेके जी ये मिला लेनी है जी, तो जी छोटी इलायची हो हरी सुकी ना हो जी, ठीक है जी, हरी च पावर वधिया होंगी, ताजगी होंगी है, 50 ग्राम चीज कुट के इलायची सने छिलका सने बीज पा लेना जी, ए 150 ग्राम पा लेनी मिश्री, ठीक है जी। उपला फार्मूला नहीं जे बनाना आना तो थलड़ा तुम वरत लो जरा भुजे छोले आना, ठीक है जी। मैं एक बार फिर रिपीट कर दूंगा सर जी, बिल्कुल, अद्धा किलो छोले, ठीक है जी, बदम काजू मगज 100-100 ग्राम,
ਤੇ ਛੋਟੀ ਇਲਾਇਚੀ ਹਰੀ ਮਿਸ਼ਰੀ 150 ਗ੍ਰਾਮ ਇਹ ਸਭ ਦਾ ਜੀ ਪਾਊਡਰ ਮਿਕਸ ਕਰਕੇ ਤੁਸੀਂ ਬਣਾ ਲਓ ਤੇ ਇੱਕ ਇੱਕ ਚਮਚਾ ਸਵੇਰੇ ਸ਼ਾਮ ਲੈਣਾ ਜੀ ਦੁੱਧ ਨਾਲ ਤੇ ਤੁਸੀਂ ਦੇਖਿਆ ਜਾਣਾ ਵੀ ਨਿਗਾਹ ਤੁਹਾਡੀ ਜਿਹੜੀ ਟਿਕਦੀ ਨੀ ਨਿਗਾਹ ਵੀ ਕਾਇਮ ਹੋਊਗੀ ਤੇ ਦਿਮਾਗੀ ਤਾਕਤ ਵੀ ਇਹਦੇ ਵਿੱਚ ਤੁਹਾਡੀ ਤਾਕਤ ਦਿਮਾਗੀ ਤਾਕਤ ਨੂੰ ਕਾਫੀ ਹੱਦ ਤੱਕ ਫਾਇਦਾ ਕਰੂਗੀ ਜੀ ਠੀਕ ਆ ਜੀ ਨਿਗਾਹ ਦੀ ਘਰ ਦੀ ਗੱਲ ਹੋਊਗੀ ਜੀ ਇਹ ਵੀ ਕਾਮਨ ਚੀਜ਼ ਹੈ ਜੀ ਤੁਹਾਨੂੰ ਪਤਾ ਅੱਜ ਕੱਲ ਆਮ ਨਾਰਮਲ ਆਫਿਸ ਵਾਲਿਆਂ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਪ੍ਰੋਬਲਮ ਰਹਿੰਦੀ ਹੈ ਜੀ ਠੀਕ ਆ ਜੀ ਐਨਰਜੀ ਦੀ ਵੀ ਲੋੜ ਆਪਾਂ ਨੇ ਉਹ ਵੀ ਫਾਰਮੂਲਾ ਦੱਸਤਾ ਤੇ ਨਿਗਾਹ ਦਾ ਵੀ ਦੱਸਤਾ ਤੇ ਆਪਾਂ ਅੱਗੇ ਗੱਲ ਕਰਾਂਗੇ ਜੀ ਲਗਭਗ ਮੈਂ 70% ਹਰੇਕ ਸ਼ੋਅ ਵਿੱਚ ਗੱਲ ਕਰਦਾ ਜੀ ਕਬਜ਼ ਬਾਰੇ ਜੀ ਸਰ ਕਬਜ਼ ਦੀ ਸਮੱਸਿਆ ਅੱਜ ਕੱਲ ਕਈ ਤਾਂ ਗੌਰ ਨਹੀਂ ਕਰਦੇ ਵੀ ਕਬਜ਼ ਕੋਈ ਬਿਮਾਰੀ ਹੈ ਨਾਲੇ 100 ਰੋਗਾਂ ਦੀ ਜੜ ਇੱਕ ਕਬਜ਼ ਹੀ ਹੈ ਜੀ ਜੀ ਅੱਜ ਕੱਲ ਸਰ ਖਾਣਾ ਪੀਣਾ ਜਿਹੜਾ ਵਿਗੜ ਗਿਆ ਨਾ ਨੌਜਵਾਨਾਂ ਚ ਕਬਜ਼ ਦੀ ਸਮੱਸਿਆ ਬਹੁਤ ਰਹਿੰਦੀ ਹੈ ਜੀ ਤੇ ਜਿਉਂ ਜਿਉਂ ਉਮਰ ਵੱਧਦੀ ਹੈ ਬੁਢਾਪਾ ਹੁੰਦਾ ਤਾਂ ਤੁਹਾਨੂੰ ਪਤਾ ਜਿਹੜੀ ਨਾੜਾਂ ਦੀ ਜਿਹੜੀ ਆਪਣੀ ਅੰਤੜੀਆਂ ਦੀ ਐਕਟੀਵਿਟੀ ਘੱਟ ਜਾਂਦੀ ਹੈ ਜਾਂ ਕਹਿ ਲੋ ਵੀ ਅੰਤੜੀਆਂ ਕਮਜ਼ੋਰ ਪੈ ਜਾਂਦੀ ਹੈ ਹਾਜ਼ਮ ਉਹਨੂੰ ਕਰ ਨਹੀਂ ਸਕਦੀ ਹੈ ਤੇ ਉਹੀ ਸਟੂਲ ਅੰਦਰ ਬਣ ਕੇ ਉਹ ਕਬਜ਼ ਦਾ ਰੂਪ ਬਣ ਜਾਂਦਾ ਜਿਹਨੂੰ ਕਹਿੰਦੇ ਗੱਠਾ ਬਣ ਕੇ ਉਹ ਕਬਜ਼ ਬਣ ਜਾਂਦੀ ਹੈ ਹੁਣ ਸਰ ਅੱਜ ਕੱਲ ਤੁਸੀਂ ਦੇਖਿਆ ਹੋਣਾ ਵੀ ਆਮ ਨਾ ਇੱਕ ਉਹੀ ਚੱਲ ਪਿਆ ਵੀ ਜਿਹੜਾ ਵੀ ਮਸ਼ਹੂਰੀ ਆਈ ਜੋ ਵੀ ਐਡ ਆਈ ਉਹੀ ਚੀਜ਼ ਉਹਨੂੰ ਖਾ ਲਿਆ ਉਹ ਫੱਕੀ ਜੀ ਆਉਂਦੀ ਹੈ ਜੀ ਥਾਂ ਥਾਂ ਤੇ ਬਾਦਲ ਫੱਕੀ ਪਤਾ ਨੀ ਕਿੰਨੇ ਕੁ ਫੱਕੀਆਂ ਹੈਗੀਆਂ ਉਹ ਵਰਤੀ ਜਾਣੀਆਂ ਜਦਕਿ ਜੀ ਫੱਕੀਆਂ ਨਾਲੋਂ ਪਹਿਲਾਂ ਜ਼ਰੂਰੀ ਆ ਆਪਣੀਆਂ ਆਦਤਾਂ ਸੁਧਾਰੋ ਜੀ ਫੱਕੀਆਂ ਖਾ ਕੇ ਢਿੱਡ ਭਰਨ ਨਾਲੋਂ ਚੰਗਾ ਵੀ ਪਹਿਲਾਂ ਕਬਜ਼ ਨੂੰ ਸਮਝਿਆ ਜਾਵੇ ਕਬਜ਼ ਹੈ ਕੀ ਕਬਜ਼ ਹੈਗੀ ਅੰਤਰੇ ਦੀ ਖੁਸ਼ਕੀ ਜੀ ਤੇ ਅੰਤਰੇ ਜਿਹੜੀ ਚਿਕਨਾਈ ਦੀ ਮਾਤਰਾ ਹੁੰਦੀ ਘੱਟ ਜਾਂਦੀ ਹੈ ਜੀ ਜਿਹੜਾ ਚਿਕਨਾਪਣ ਉਹ ਵੱਧ ਜਾਂਦਾ ਜੀ ਤੇ ਖੁਸ਼ਕੀ ਜ਼ਿਆਦਾ ਆ ਜਾਂਦੀ ਹੈ ਜੀ ਠੀਕ ਹੈ ਜੀ ਦਵਾਈ ਨਾਲ ਜ਼ਰੂਰੀ ਹੈ ਵੀ ਇੱਕ ਤਾਂ ਆਦਤਾਂ ਸੁਧੇਰੋ ਜੀ ਬਾਕੀ ਜਦੋਂ ਖੁਸ਼ਕੀ ਪੈਦਾ ਹੁੰਦੀ ਹੈ ਸਰ ਅੰਦਰ ਜਿਹੜਾ ਸਟੂਲ ਹੁੰਦਾ ਅੰਤਰੇ ਵਿੱਚ ਚਿਪਕ ਜਾਂਦਾ ਜੀ ਜੀ ਉਹ ਜਿਹੜੀ ਅੰਤਰੀਆਂ ਆਪਣੀਆਂ ਹੁੰਦੀਆਂ ਉਹ ਸਟੂਲ ਨੂੰ ਉਹਦੇ ਵਿੱਚ ਚਿਪਕਿਆ ਰਹਿੰਦਾ ਤੇ ਉਹਨੂੰ ਛੱਡਦੀਆਂ ਜਿਹਨੂੰ ਕਹਿੰਦੇ ਵੀ ਲੈਟਰਿੰਗ ਜਿਹੜੀ ਆਪਾਂ ਨੂੰ ਸਹੀ ਤਰੀਕੇ ਨਾਲ ਆਉਂਦੀ ਜਦੋਂ ਅੰਦਰ ਖੁਸ਼ਕੀ ਹੋ ਜਾਂਦੀ ਜੀ ਠੀਕ ਹੈ ਜੀ ਪਹਿਲਾਂ ਖਾਣਾ ਪੀਣਾ ਸਹੀ ਕੀਤਾ ਜਾਵੇ ਬਹੁਤ ਜ਼ਰੂਰੀ ਹੈ ਜੀ ਪਹਿਲਾਂ ਆਦਤਾਂ ਸਵੇਰੋ ਫਿਰ ਫੱਕੀਆਂ ਨੂੰ ਮੂੰਹ ਮਾਰੋ ਜੀ ਠੀਕ ਹੈ ਜੀ ਫੱਕੀਆਂ ਖਾਣ ਨਾਲ ਪਹਿਲਾਂ ਕਬਜ਼ ਨੂੰ ਸਮਝੋ ਕਬਜ਼ ਠੀਕ ਕਿਵੇਂ ਕਰਨੀ ਖਾਣ ਪੀਣ ਚ ਕੀ ਹੈ ਜੀ ਦੇਖੋ ਹਰੀਆਂ ਸਬਜ਼ੀਆਂ ਜਿਹੜੇ ਫਾਈਬਰ ਭਰਪੂਰ ਹੋਣ ਹਰੀਆਂ ਸਬਜ਼ੀਆਂ ਫਾਈਬਰ ਭਰਪੂਰ ਹੋਣ ਉਹ ਖਾਧੀਆਂ ਜਾਣਗੀਆਂ ਹਰੀਆਂ ਸਬਜ਼ੀਆਂ ਦੀ ਮਾਤਰਾ ਵਧਾਓ ਤੇ ਜਿਹੜੀ ਖੱਟੀਆਂ ਦੇ ਚੀਜ਼ਾਂ ਦੀ ਮਾਤਰਾ ਘਟਾਓ ਰੋਜ਼ ਔਖੇ ਸੌਖੇ ਕਰਕੇ ਜਿਹਨੂੰ ਕਬਜ਼ ਰਹਿੰਦੀ ਹੈ 4 ਗਲਾਸ ਪਾਣੀ ਦੇ ਘੱਟੋ ਘੱਟ 100 ml ਪਾਣੀ ਹੋਵੇ ਇੱਕ ਗਲਾਸ ਵਿੱਚ 4 ਗਲਾਸ ਹੌਲੀ ਹੌਲੀ ਕਰਕੇ ਬੇਸ਼ਕ ਤੁਸੀਂ 1 ਜਾਂ 2 ਤੋਂ ਸ਼ੁਰੂ ਹੋ ਸਕਦੇ ਹੋ ਵੀ ਹੌਲੀ ਹੌਲੀ ਕਰਕੇ 4 ਗਲਾਸ ਤੱਕ ਲੈ ਕੇ ਜਾਓ ਉਸਾ ਪਾਣੀ ਕਰਕੇ ਹੌਲੀ ਹੌਲੀ ਕਰਕੇ ਪਾਣੀ ਪੀਣਾ ਤੇ ਪਾਣੀ ਪੀਣਾ ਬੈਠ ਗਿਆ ਜੀ ਕਦੇ ਵੀ ਖੜੇ ਹੋ ਕੇ ਪਾਣੀ ਨੀ ਪੀਣਾ ਇਹਦੇ ਨਾਲ ਕੀ ਹੁੰਦਾ ਜੀ ਲੇਬਰ ਤੇ ਅਸਰ ਪੈਂਦਾ ਤੇ ਪੇਟ ਵੱਧਦਾ ਤੇ ਗੋਡਿਆਂ ਤੇ ਵੀ ਅਸਰ ਪੈਂਦਾ ਤੁਸੀਂ ਪਾਣੀ ਸਿੱਪ ਸਿੱਪ ਕਰਕੇ ਪੀਣਾ ਤੇ ਨਾਲ ਤੁਸੀਂ ਜਿਹੜੀਆਂ ਹਰੀਆਂ ਸਬਜ਼ੀਆਂ ਉਹਦੇ ਵੱਲੋਂ ਗੌਰ ਕਰਨਾ ਹੈ ਤੇ ਜਿਹੜਾ ਆਟਾ ਤੁਹਾਡਾ ਜਿਹਦੇ ਵਿੱਚ ਆਟਾ ਆਪਾਂ ਬੂਰਾ ਜਾਂ ਸਾਣ ਕੇ ਸਿੱਟ ਦਿੰਦੇ ਜੀ ਉਹ ਵਿੱਚ ਰੱਖੋ ਜਿਹਦੇ ਕਬਜ਼ੇ ਰੋਗੀਆਂ ਨੇ ਜੀ ਫਾਈਬਰ ਯੁਕਤ ਆਟਾ ਖਾਓ ਤੇ ਅੱਜ ਕੱਲ ਮਲਟੀਗ੍ਰੇਟ ਆਟੇ ਬਹੁਤ ਆਉਂਦੇ ਜਿਵੇਂ ਕੋਧਰਾ ਚਨੇ ਦਾ ਆਟਾ ਕਾਫੀ ਕੁਛ ਪੈ ਜਾਂਦਾ ਜੀ ਉਹਦੇ ਵਿੱਚ ਬਾਜਰਾ ਬੁਜਰਾ ਪੈ ਜਾਂਦਾ ਉਹ ਆਟਾ ਵਰਤਿਆ ਜਾਵੇ ਠੀਕ ਆ ਜੀ ਤੇ ਜਿਹੜਾ ਮੈਦਾ ਜਾਂ ਮੈਦੇ ਤੋਂ ਬਣੀਆਂ ਚੀਜ਼ਾਂ ਉਹ ਬਿਲਕੁਲ ਬੰਦ ਕਰੋ ਜੀ ਜਿਹੜਾ ਕਬਜ਼ ਦਾ ਰੋਗੀ ਹੈ ਨਾ ਜੀ ਉਹ ਮੈਦੇ ਵਾਲੀ ਚੀਜ਼ ਨਾ ਖਾਓ ਮੈਦੇ ਨਾਲ ਅੰਦਰ ਚਿਕਨਾਈ ਹੋਰ ਘਟਦੀ ਹੈ ਖੁਸ਼ਕੀ ਹੋਰ ਪੈਦਾ ਹੁੰਦੀ ਹੈ ਤਾਂ ਤੁਸੀਂ ਘੱਟੋ ਘੱਟ ਆਪਣੇ ਖਾਣੇ ਵਿੱਚ 30% ਜੀ ਸਲਾਦ ਦਾ ਸ਼ਾਮਿਲ ਕਰਨਾ ਚਾਹੀਦਾ ਹਾਂਜੀ ਠੀਕ ਹੈ ਜੀ ਪਰਹੇਜ਼ ਕੀ ਹੈ ਜੀ ਦੇਖੋ ਚਾਹ ਕਾਫੀ ਜ਼ਿਆਦਾ ਜਿਹੜਾ ਪੀਂਦਾ ਜੀ ਕਬਜ਼ ਦਾ ਰੋਗੀ ਉਹ ਨਾ ਪੀਵੇ ਖੱਟੀ ਚੀਜ਼ ਜੀ ਬੰਦ ਕਰੇ ਬਿਲਕੁਲ ਜੀ ਤੇ ਹੁਣ ਜੇ ਆਪਾਂ ਜੇ ਪੁਰਾਣੀ ਕਬਜ਼ ਆ ਜੀ ਉਹਦੇ ਵਾਸਤੇ ਘਰੇਲੂ ਚੀਜ਼ ਆ ਜੀ ਹੁਣ ਤੁਸੀਂ ਦੇਖਿਆ ਜਿਹੜਾ ਲੌਕੀ ਦਾ ਰਸ ਆਮ ਰਾਮਦੇਵ ਵੀ ਵੇਚੀ ਜਾਂਦਾ ਜੀ ਠੀਕ ਹੈ ਜੀ ਲੌਕੀ ਦਾ ਰਸ ਤੁਸੀਂ ਆਮ ਲੈ ਲਓ ਮਾਰਕੀਟ ਚ ਲੌਕੀ ਮਿਲ ਜਾਂਦੇ ਜੀ ਉਹ ਤੁਸੀਂ ਉਹਦਾ ਉਪਲਾ ਛਿਲਕਾ ਲਾ ਕੇ ਜੀ ਉਹਦਾ ਜਿਹੜਾ ਅੰਦਰਲਾ ਗੁੱਦਾ ਉਹਨੂੰ ਗ੍ਰੈਂਡ ਕਰਕੇ ਉਹਦਾ ਰਸ ਕੱਢ ਲਓ ਜੀ ਭੁੰਨ ਲਓ ਜੀ ਇੱਕ ਗਲਾਸ ਲੌਕੀ ਦਾ ਰਸ ਪੀ ਕੇ ਜੀ ਅੱਧੇ ਘੰਟੇ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਲੌਕੀ ਦਾ ਰਸ ਪੀਣਾ ਜੀ ਤੇ ਅੱਧੇ ਘੰਟੇ ਮਗਰੋਂ ਬਾਅਦ ਤੁਸੀਂ ਅੱਧਾ ਕੁ ਕੱਪ ਗਲਾਸ ਹੋ ਗਿਆ ਕੱਪ ਹੋ ਗਿਆ ਜਾਂ ਗਲਾਸ ਹੋ ਗਿਆ ਮੂਲੀ ਦਾ ਰਸ ਪੀਣਾ ਜੀ ਠੀਕ ਹੈ ਜੀ ਲੌਕੀ ਦਾ ਰਸ ਰੋਟੀ ਤੋਂ ਪਹਿਲਾਂ ਅੱਛਾ ਮੂਲੀ ਤਾਜ਼ੀ ਵੀ ਖਾਧੀ ਜਾ ਸਕਦੀ ਹੈ ਜੀ ਕਿ ਰਸ ਹੀ ਪੀਣਾ ਜੀ ਨਹੀਂ ਨਾਰਮਲ ਖਾਧੀ ਹੋ ਸਕੇ ਤਾਂ ਜੀ ਇਹਦੇ ਛਿਲਕੇ ਸਮੇਤ ਖਾਓ ਹਾਂਜੀ ਪੱਤੇ ਦੀ ਸਬਜ਼ੀ ਵੀ ਬਣਾਈ ਜਾ ਸਕਦੀ ਸਬਜ਼ੀ ਖਾ ਕੇ ਵੀ ਆਪਾਂ ਨੂੰ ਕਾਫੀ ਕੁਛ ਮਿਲਦਾ ਜੀ
ठीक है जी। लौकी का रस रोटी तो पैना एक गिलास से अद्धा गिलास मूली का रस रोटी तो बाद जी, ठीक है जी। एक तो यह होगी रोज की खुराक जी। शाम को अपन की करना जी, घट्टो घट पांच या छह मनक्के जिड़िया सौगी होंगी तो मोटा होंगे मनक्का जी, हां बड़ा भाई होंगे जी। शाम को तुम भ्यो के रख दो जी। पानी विच ते सवेरे वो पानी डोल दो तो जिहड़े मनक्के आ उहदा विचला बीज कढ दो जी, ठीक है जी। तुसीं हौली हौली करके वह मनक्के नूं चबा चबा के पियो जी, तो थोड़े नाल विच हौली हौली थोड़ी अंतरे च लचक आउणी ने, लचक नाल थोड़ी हौली हौली थोड़ी कब्ज थोड़ी ठीक होनी शुरू हो जाणी जी। देखो सर, कब्ज एक बहुत बड़ी बीमारी है, ध्यान नाल मेरे सारे स्रोते सत्कारयोग जिन्ने भी स्रोते सुणदे ध्यान नाल सुणो, कब्ज ना होण दो जी कदे वी, जे कोई बीमारी नहीं लगन देणी शरीर। कब्ज नूं बहुत पहला कब्ज फिर बाकी सारिया बीमारियां बाद च शुरू होंदी, ठीक है जी। ते तुसी जे इहदे विच कदे कदे विच नूं तुसी जे हो सके तां जिवें अनार दा जूस, अंगूर दा रस जां नाशपती दा रस इह पींदे नाल नाल पींदे रहो जी। ते सर कैस्ट्रोल आउंदा अरंडी दा, अरंड दा तेल कहिंदे जी, अरंड दा हुंदी हां कैस्ट्रोल, तुसी उह वी मतलब कदे ना कदे रोगी उह खाई जावे तां कब्ज दी समस्या हौली हौली अपने आप इफेक्ट हुंदी जाणी है, ठीक है जी। किसे नूं समस्या होवे ਤਾਂ ਇੱਕ ਹੋਰ, ਜੇ ਕਿਸੇ ਨੂੰ ਨਾਰਮਲ ਕਬਜ ਰਹਿੰਦੀ ਹੈ ਜੀ, ਵੀ ਕਬਜ ਲੱਗਦਾ ਵੀ ਹਾਂ ਫਰੈਸ਼ ਨਹੀਂ ਹੋਇਆ ਮੈਂ ਸਵੇਰੇ, ਠੀਕ ਹੈ ਜੀ। ਤਾਂ ਉੱਥੇ ਤੁਸੀਂ ਜੀ ਇੱਕ ਚਮਚਾ ਅਜਵੈਣ ਦਾ ਹਲਕੀ ਜੀ ਭੁੰਨ ਲੈਣੀ ਜੀ, ਅਜਵੈਣ ਇੱਕ ਚਮਚਾ ਅਜਵੈਣ ਦਾ ਤੇ ਨਾਲ ਥੋੜਾ ਜਿਹਾ ਗੁੜ ਖਾ ਲੈਣਾ, ਠੀਕ ਹੈ ਜੀ। ਤਾਂ ਇਹਦੇ ਨਾਲ ਵੀ ਕਬਜ ਨਹੀਂ ਰਹਿੰਦੀ ਜੀ, ਜੇ ਕੋਈ ਟਾਈਮ ਸਟਾਰਟਿੰਗ ਦੀ ਕਬਜ ਹੁੰਦੀ ਹੈ ਜੀ। ਦੇਖੋ ਜੇ ਕਬਜ ਤੁਹਾਡੀ ਬਿਲਕੁਲ ਤੁਸੀਂ ਸਵੇਰੇ ਫਰੈਸ਼ ਹੁੰਦੇ ਨਾ, ਤਾਂ ਜਦੋਂ ਤੁਸੀਂ ਚੰਗੀ ਤਰ੍ਹਾਂ ਤੁਹਾਨੂੰ ਲੈਟਰਿਨ ਖੁੱਲ ਕੇ ਆਉਂਦੀ ਹੈ ਤਾਂ ਤੁਸੀਂ ਦੇਖਿਓ ਸਾਰੀ ਦਿਨ ਤੁਹਾਡੀ ਸਰੀਰ ਦੀ ਐਕਟੀਵਿਟੀ ਦੇਖੋ ਕਿੰਨੀ ਵਧੀਆ ਹੋਣੀ, ਠੀਕ ਹੈ ਜੀ। ਦੇਖੋ ਜੇ ਸਵੇਰੇ ਤੁਸੀਂ ਫਰੈਸ਼ ਹੋਏ ਤਾਂ ਤੁਹਾਡੀਆਂ ਸੁਸਤੀ ਨਹੀਂ ਪਾਊਗੀ ਸਰੀਰ ਨੂੰ ਜੀ, ਤੇ ਕਈ ਵਾਰੀ ਆਪਾਂ ਦੇਖਿਆ ਅਗਲਾ ਕਹਿੰਦਾ ਵੀ ਲੱਤਾਂ ਦੁਖਦੇ ਰਹਿਣੀਆਂ, ਕਾਰਨ ਇਹੀ ਹੁੰਦਾ ਜੀ, ਠੀਕ ਹੈ ਜੀ। ਮਾਰਨਿੰਗ ਟਾਈਮ ਮਤਲਬ ਫਰੈਸ਼ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਤੇ ਹੁਣ ਕਈ ਵਾਰ ਸਰ ਦੇਖਿਆ ਵੀ ਕਮਜ਼ੋਰੀ ਆਉਂਦੀ ਨੇ ਤੇ ਸੁਸਤੀ ਆਉਂਦੀ ਤਾਂ ਮਲਟੀ ਵਿਟਾਮਿਨ ਦੀ ਗੋਲੀਆਂ ਖਾਈ ਜਾਂਦੀ ਜੀ। ਕਾਰਨ ਕੀ ਹੁੰਦਾ ਜੀ, ਪੇਟ ਤੁਹਾਡਾ ਬਿਲਕੁਲ ਗਲਤ ਦਿਸ਼ਾ ਵੱਲ ਜਾ ਰਿਹਾ, ਹਾਜ਼ਮਾ ਤੁਹਾਡਾ ਦੁਰੁਸਤ ਨਹੀਂ, ਤੁਸੀਂ ਗੋਲੀਆਂ ਮਲਟੀਵਿਟਾਮਿਨ ਖਾ ਖਾ ਕੇ ਹਾਜ਼ਮੇ ਦਾ ਹੋਰ ਸੱਤਿਆਨਾਸ਼ ਕਰਦੇ। ਜ਼ਰੂਰੀ ਹੈ ਵੀ ਤੁਸੀਂ ਸੁਸਤੀ ਫੁਰਤੀ ਬਣਾ ਕੇ ਰੱਖਣੀ ਹੈ ਤਾਂ ਪੇਟ ਦਾ ਹਾਜ਼ਮਾ ਤੇ ਪੇਟ ਨੂੰ ਦਰੁਸਤ ਰੱਖੋ, ਜੇ ਤੁਹਾਡਾ ਪੇਟ ਦਰੁਸਤ ਹੈ ਤਾਂ ਤੁਸੀਂ ਆਪ ਖੁਦ ਚੁਸਤ ਹੋ ਜੀ, ਪੇਟ ਦਰੁਸਤ ਤੇ ਤੁਸੀਂ ਚੁਸਤ, ਚੁਸਤ, ਠੀਕ ਹੈ ਜੀ। ਤਾਂ ਜ਼ਰੂਰੀ ਹੈ ਵੀ ਪੇਟ ਦਾ ਸਿਸਟਮ ਬਿਲਕੁਲ ਸਹੀ ਹੋਣਾ ਚਾਹੀਦਾ ਜੀ, ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਨੇ ਕੰਮ ਕਰਨਾ, ਠੀਕ ਹੈ ਜੀ। ਇਹ ਤਾਂ ਹੋ ਗਿਆ ਕਬਜ਼ ਦਾ, ਮੈਂ ਖਾਣ ਪੀਣ ਦਾ ਢੰਗ ਦੱਸਤਾ ਜੀ, ਕੀ ਵਰਤਣਾ ਇਹਦੇ ਵਾਸਤੇ ਇਹ ਮੈਂ ਦੱਸਿਆ ਜੀ। ਜੇ ਤੁਸੀਂ ਆਈਡੀਆ ਕੁਛ ਹੋਰ ਨਹੀਂ ਲਿਆ ਰਹੇ ਤਾਂ ਉਹ ਮੈਂ ਕਾੜਾ ਪੁੱਛਿਆ ਸੀ, ਉਹ ਦੱਸ ਦਿਓ। ਕਾੜੇ ਕਈ ਕਿਸਮ ਦੇ ਹੁੰਦੇ, ਕਿਹੜੇ ਕਿਸਮ ਦਾ ਕਾੜਾ ਤੁਸੀਂ ਕਹਿੰਦੇ? ਕਾੜੇ ਮਤਲਬ ਅੱਜ ਕੱਲ ਇਮਿਊਨ ਸਿਸਟਮ ਦੇ ਵਾਸਤੇ, ਕੋਰੋਨਾ ਵਗੈਰਾ ਵਾਸਤੇ, ਕੋਈ ਸੌਖਾ ਜਾ ਸਾਰੇ ਵਰਤ ਲੈਣ? ਮੈਂ ਤਾਂ ਇਹ ਕਹਿਣਾ ਸੌਖਾ ਜੀ। ਦੇਖੋ ਹੋ ਸਕਿਆ, ਮੈਂ ਆਪਾਂ ਪਹਿਲਾਂ ਵੀ ਕਹਿੰਦੇ ਮੈਡੀਕਲ ਪਲਾਂਟ ਘਰ ਹੋਣੀ ਚਾਹੀਦੀ ਤੁਸੀਂ ਜੀ, ਜੇ ਤੁਲਸੀ ਹੈਗੀ ਤਾਜ਼ੀ, ਜੇ ਨਹੀਂ ਹੈਗੀ ਤੁਲਸੀ ਚ ਵੀ ਦੱਸੋ ਕਿ ਕਿਹੜੀ ਤੁਲਸੀ ਫਾਇਦੇਮੰਦਾ? ਕਈ ਵਾਰੀ ਮੇਰੇ ਅਗਨ ਇੱਕੋ ਹੀ ਬੂਟਾ ਲਾਉਣਾ ਹੁੰਦਾ, ਇੱਕ ਰਾਮ ਤੁਲਸੀ ਕਹਿੰਦਾ ਜਾਂ ਕੁਛ ਹੋਰ? ਦੇਖੋ ਰਾਮ ਤੁਲਸੀ ਇੱਕ ਆਮ ਨਾਰਮਲ ਤੁਲਸੀ ਜਿਹੜੀ ਹੁੰਦੀ ਆ ਉਹ ਤੁਸੀਂ ਵਰਤ ਸਕਦੇ ਹੋ, ਵੈਸੇ ਤਾਂ ਪੰਜ ਤਰ੍ਹਾਂ ਦੀ ਤੁਲਸੀ ਹੁੰਦੀ ਤੇ ਜਿਹੜੀ ਆਮ ਘਰਾਂ ਚ ਲੱਗਦੀ ਤੁਲਸੀ ਤੁਸੀਂ ਉਹ ਲਾ ਸਕਦੇ, ਰਾਮਾ ਤੁਲਸੀ ਵੀ ਲਾ ਸਕਦੇ, ਕਾਲੇ ਕਾਲੇ ਪੱਤੇ ਹੁੰਦੇ, ਠੀਕ ਹੈ ਜੀ। ਤੇ ਜਿਹੜੀ ਆਮ ਤੁਲਸੀ ਹੁੰਦੀ ਉਹਦੇ ਤੁਸੀਂ ਪੰਜ ਜਾਂ ਛੇ ਪੱਤੇ ਲੈ ਲਓ ਜੀ, ਠੀਕ ਹੈ ਜੀ। ਤੇ ਪੰਜ ਛੇ ਪੱਤੇ ਤੁਲਸੀ ਦੇ ਇੱਕ ਦੋ ਗਲਾਸ ਪਾਣੀ ਦੇ ਹੋਣ ਜੀ, ਉਹਦੇ ਵਿੱਚ ਤੁਸੀਂ ਪੰਜ ਛੇ ਪੱਤੇ ਕੁਤਰ ਕੇ ਪਾ ਦੋ, ਕੱਟ ਕੇ ਪਾ ਦੋ ਜੀ। ਤੇ ਇਹਦੇ ਵਿੱਚ ਜੀ ਤਿੰਨ ਕੁ ਉਂਗਲ ਜਾਂ ਚਾਰ ਕੁ ਉਂਗਲ ਗਲੋ ਲੈ ਲੈਣੀ ਜੀ, ਠੀਕ ਹੈ ਜੀ। ਹਰੀ ਗਲੋ ਲੈ ਕੇ ਉਹਨੂੰ ਕੱਟ ਕੇ ਉਹਨੂੰ ਵਿੱਚ ਦੇ ਪਾ ਦੇਣਾ ਜੀ, ਉਹਦੇ ਵਿੱਚ ਇੱਕ ਟੁਕੜਾ ਪਾ ਦੇਣਾ ਤੁਸੀਂ ਜੀ ਆਪਣਾ ਇਹ ਇਹਨੂੰ ਕਹਿੰਦੇ ਅਦਰਕ, ਠੀਕ ਹੈ ਜੀ। ਤੇ ਇੱਕ ਦੋ ਪਾ ਦੋ ਜੀ ਲੌਂਗ, ਠੀਕ ਹੈ ਜੀ। ਇਹ ਪ੍ਰੋਪਰ ਕਾੜਾ ਬਿਲਕੁਲ ਠੀਕ ਹੈ ਜੀ, ਇਹਦੇ ਨਾਲ ਤੁਹਾਡੀ ਸਾਰਾ ਸਿਸਟਮ ਜਾਂ ਇਮਿਊਨਿਟੀ ਵਧੀਆ ਰਹਿਣੀ ਹੈ। ਦੋ ਗਲਾਸ ਪਾਣੀ ਦੇ ਉਹਦੇ ਵਿੱਚ ਤੁਸੀਂ ਗਲੋ ਤੁਲਸੀ ਲੌਂਗ ਪਾ ਕੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਉਬਾਲੀ ਦੇਣੀ ਹੈ ਜੀ। ਜਦੋਂ ਉਹ ਚੰਗੀ ਤਰ੍ਹਾਂ ਉਬਲਣ ਤੋਂ ਬਾਅਦ ਇੱਕ ਗਲਾਸ ਰਹਿ ਗਿਆ ਜਾਂ ਇੱਕ ਗਲਾਸ ਤੋਂ ਵੀ ਘੱਟ ਰਹਿ ਗਿਆ ਤਾਂ ਫਿਰ ਤੁਸੀਂ ਉਹਨੂੰ ਛਾਣ ਕੇ ਨਿਚੋੜ ਕੇ ਹੌਲੀ ਹੌਲੀ ਕਰਕੇ ਪੀ ਲਓ, ਠੀਕ ਹੈ ਜੀ। ਇਹ ਦੇਸੀ ਕਾੜਾ ਜੀ ਇਮਿਊਨਿਟੀ ਜਿਹੜੀ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਆ ਉਹਨਾਂ ਵਾਸਤੇ ਬਹੁਤ ਵਧੀਆ ਜੀ, ਠੀਕ ਹੈ ਜੀ। ਗਲੋ ਵੀ ਇਮਿਊਨਿਟੀ ਬੂਸਟਰ ਆ ਜੀ, ਤੇ ਬਾਕੀ ਤੁਲਸੀ ਦਾ ਸਭ ਨੂੰ ਪਤਾ ਹੈ ਇਹ ਐਂਟੀ ਆਕਸੀਡੈਂਟ ਵੀ ਹੈਗੇ ਤੇ ਖੂਨ ਦੀ ਸਫਾਈ ਵੀ ਕਰਦੀ, ਠੀਕ ਹੈ ਜੀ। ਇਹ ਸਭ ਤੋਂ ਵਧੀਆ ਕਾੜਾ ਜੀ, ਤੁਸੀਂ ਆਮ ਨਾਰਮਲ ਘਰਾਂ ਚ ਵਰਤ ਸਕਦੇ, ਠੀਕ ਹੈ ਜੀ। ਕੋਈ ਹੋਰ ਕੁਐਸਚਨ ਜੀ?
ਹੋਰ ਕੁਐਸਚਨ ਮੇਰੇ ਖਿਆਲ ਚ ਇੱਕ ਮਿੰਟ ਜੀ ਮੈਨੂੰ ਚੈੱਕ ਕਰਨ ਦਿਓ। ਤੇ ਸੱਜਣੋ ਹੁਣ ਜੇ ਕੋਈ ਕਾਲ ਕਰਕੇ ਤੁਸੀਂ ਜੁੜਨਾ ਚਾਹੋ, ਕੋਈ ਵਿਚਾਰ ਡਾਕਟਰ ਸਾਹਿਬ ਦੇ ਨਾਲ ਸਾਂਝਾ ਕਰਨਾ ਚਾਹੋ ਤਾਂ ਮੋਸਟ ਵੈਲਕਮ, ਕਿਉਂਕਿ ਤੁਸੀਂ ਆ ਕੇ ਕਾਲ ਕਰਕੇ ਜੁੜ ਸਕਦੇ ਹੋ, ਸਵਾਲ ਪੁੱਛ ਸਕਦੇ ਹੋ। ਅਜੇ ਤੱਕ ਮੇਰੇ ਕੋਲ ਸਵਾਲ ਨਹੀਂ ਹੈ ਜੀ ਕੋਈ ਪੈਂਡਿੰਗ, ਜੇ ਕਿਸੇ ਸੱਜਣ ਦਾ ਹੋਇਆ ਵੀ ਤਾਂ ਮੈਂ ਉਹਨਾਂ ਦੇ ਨਾਲ ਸਾਂਝਾ ਕਰ ਦੂੰ। ਕਈ ਵਾਰੀ ਇਹ ਹੈ ਕਿ ਡਿਸਪਲੇ ਬਾਅਦ ਚ ਹੁੰਦਾ ਮੇਰੇ ਕੋਲ, ਮੈਂ ਦੂਜੇ ਭੇਜ ਦੇਖੋ ਜੀ। ਕਾਲਰ ਮੇਰੇ ਖਿਆਲ ਚ ਆ ਗਿਆ ਜੀ ਆਪਣੇ ਨਾਲ, ਤੇ ਆ ਗਏ ਜੀ, ਦੁਬਾਰਾ ਆ ਜਾਓ ਜੀ, ਅਸੀਂ ਵੇਟ ਕਰਦੇ ਹਾਂ ਤੁਹਾਡੀ ਕਾਲ ਦੀ, ਕਿਉਂਕਿ ਮਹਿਮਾਨ ਸਾਡੇ ਵਾਸਤੇ ਭਗਵਾਨ। ਤੇ ਅੱਜ ਦੇ ਸ਼ੋਅ ਦੇ ਵਿਚ ਜਿੰਨੇ ਵੀ ਸੱਜਣ ਜੁੜਨਗੇ ਸਾਰਿਆਂ ਦਾ ਸਵਾਗਤ, ਮੈਂ ਤਾਂ ਹਮੇਸ਼ਾ ਹੀ ਹੁੰਦਾ, ਪਰ ਪੈ ਜੀ ਤੋਂ ਜੇ ਕੋਈ ਸੁਝਾਅ ਲੈਣਾ ਚਾਹੋ, ਸਲਾਹ ਲੈਣੀ ਚਾਹੋ, ਤੇ ਸਿਹਤ ਚਾਬ ਹੋਣ ਦੇ ਜਿੰਨੇ ਨੁਸਖੇ ਦੱਸੇ ਜਾ ਰਹੇ ਆ ਉਹ, ਤੇ ਖਾਸ ਕਰਕੇ 25-35 ਸਾਲ ਦੀ ਉਮਰ ਜਿਹੜੀ ਗੱਲ ਦੇ ਉੱਤੇ ਗੱਲ ਘੁੰਮਦੀ ਹੈ ਸਾਰੀ, ਉਧਰ ਨੂੰ ਵੀ ਆਪਾਂ ਗੱਲ ਕਰ ਸਕਦੇ ਹਾਂ। ਤੇ ਕਿਸੇ ਦੇ ਮਨ ਦੇ ਵਿਚ 25-35 ਸਾਲ ਵਾਲੀ ਕੋਈ ਗੱਲ ਹੋਵੇ ਕਿ ਭਾਈ ਇਸ ਉਮਰ ਦੇ ਵਿਚ ਆ, ਵੈਸੇ ਕਹਿੰਦੇ ਖਤਰੇ ਦਾ ਮੋੜ ਜਵਾਨੀ 16 ਸਾਲ, ਬਾਈ ਖਤਰੇ ਦਾ ਸਾਰੀ ਉਮਰ ਹੀ ਬੰਦਾ ਖੇਡਦਾ ਰਹਿੰਦਾ ਨਾ ਖਤਰਿਆਂ ਨਾਲ, ਤੇ ਕੋਈ ਵਿਚਾਰ ਹੈ ਤਾਂ ਸਾਨੂੰ ਕਾਲ ਕਰਕੇ ਜੁੜ ਸਕਦੇ ਹੋ। ਵੈ ਜੀ ਨਹੀਂ ਕੋਈ, ਤੁਸੀਂ ਆਪਣੀ ਗੱਲ ਦੱਸ ਸਕਦੇ ਹੋ 5-7 ਮਿੰਟ। ਲਗਾਤਾਰ ਬੈਠਣ ਨਾਲ ਵੀ ਦੇਖੋ ਕਬਜ਼ ਆਪਣੇ ਜਿਹੜੇ ਕਮਰ ਦਰਦ ਦੀ ਕਾਫੀ ਸਮੱਸਿਆ ਰਹਿੰਦੀ, ਜਿਹੜਾ ਲਗਾਤਾਰ ਬੈਠਦਾ ਹੈ। ਕਾਲਰ ਸੱਜਣ ਜੀ ਤੁਹਾਡਾ ਮੈਸੇਜ ਮੈਨੂੰ ਦੇ ਦਿਓ ਤੇ ਵੈਦ ਜੀ ਨੂੰ ਮੈਂ ਤੁਸੀਂ ਹੋਲਡ ਰੱਖ ਲਓ। ਸਰ ਜੀ ਮੇਰਾ ਨਾਮ ਗੁਰਚਰਨ ਹੈ, ਸਰ ਜੀ ਮੇਰਾ ਬੇਟਾ 18 ਮਹੀਨੇ ਹੁੰਦਾ ਆ ਜੀ, ਤੇ ਉਹਨੂੰ ਸਰ ਜੀ ਕਬਜ਼ ਰਹਿੰਦੀ ਹੈ, ਉਹਦਾ ਭਾਰ ਵੱਧਦਾ ਜਿੱਦਾਂ 18 ਮਹੀਨੇ 17.5 ਕਿਲੋਮੀਟਰ ਹੋ ਗਿਆ ਜੀ, ਨਹੀਂ ਪੁੱਛਣਾ ਚਾਹੁੰਦਾ ਕੋਈ ਹੈਗਾ ਤੁਹਾਨੂੰ ਨੁਕਸਾਨ। ਸੁਣੋ ਜੀ, ਉਹ ਫਿਰ ਦੱਸ 18.5 ਮਹੀਨੇ ਦੇ ਬੱਚੇ ਦਾ ਭਾਰ ਵੱਧਦਾ ਤੇ ਉਹਨੂੰ ਕਰਨਾ ਕੰਟਰੋਲ। ਵੈਦ ਜੀ ਕੀ ਕਹਿੰਦੇ ਆ ਆਪਾਂ ਜਾਣਦੇ ਉਹਨਾਂ ਤੋਂ, ਬਸ ਮੇਰੇ ਕੋਲ ਲਾਈਨ ਪਤਾ ਨੀ ਕਿਵੇਂ ਸਾਥ ਛੱਡ ਗਈ, ਇੱਕ ਵਾਰੀ ਫੇਰ ਆਪਾਂ ਉਹਨਾਂ ਦੇ ਨਾਲ ਜੁੜ ਜਾਂਦੇ ਹਾਂ ਉੱਥੇ ਜਾ ਕੇ। ਤੇ ਦੱਸ ਦਈਏ ਜੀ ਕਿ ਤੁਸੀਂ ਸਵਾਲ ਮੈਨੂੰ ਲਿਖ ਕੇ ਭੇਜ ਸਕਦੇ ਹੋ, ਉਹ ਮੈਂ ਨਾਲ ਦੀ ਨਾਲ ਪੁੱਛ ਵੀ ਸਕਦਾ। ਵੈਦ ਵੀ ਕੇ ਸਿੰਘ ਹੋਰਾਂ ਦੇ ਨਾਲ ਸਾਂਝ ਆਪਾਂ ਪਾਈ ਹੋਈ ਹੈ ਤੇ ਰੇਡੀਓ ਚੰਨ ਪ੍ਰਦੇਸ਼ ਦੇ ਉੱਤੇ ਤੁਸੀਂ ਗੱਲਬਾਤ ਸੁਣ ਰਹੇ ਹੋ। ਵੈਦ ਜੀ ਇੱਕ ਸਵਾਲ ਆਇਆ ਸੀ ਤੁਹਾਡੀ ਕਾਲ ਮੈਥੋਂ ਕੱਟੀ ਗਈ। ਹੈਲੋ ਵੈਦ ਜੀ। ਹਾਂਜੀ ਸੱਜਣ ਜੀ ਸਵਾਗਤ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਆਵਾਜ਼ ਨੀ ਤੁਹਾਡੀ ਆ ਰਹੀ ਜੀ, ਥੋੜਾ ਜਾ ਉੱਚੀ ਬੋਲਿਓ, ਦੁਬਾਰਾ ਕਰ ਲਓ ਜਾਂ ਤਾਂ ਕਾਲ ਮੈਨੂੰ ਕਲੀਅਰ ਥੋੜਾ ਜਾ ਹੋਵੇ, ਬੇਨਤੀ ਹੈ ਜੀ ਕਿ ਜਦੋਂ ਤੁਸੀਂ ਕਾਲ ਕਰ ਲਓ ਥੋੜਾ ਜਾ ਫੋਨ ਨੂੰ ਨੇੜੇ ਕਰ ਲਿਆ ਕਰੋ, ਕਿਉਂਕਿ ਆਪਾਂ ਨੂੰ ਇੱਥੇ ਥੋੜਾ ਸੌਖਾ ਹੋ ਜਾਂਦਾ ਜਦੋਂ ਗਾਂਹ ਤੱਕ ਗੱਲ ਜਾਂਦੀ ਹੈ। ਵੈਦ ਵੀ ਕੇ ਸਿੰਘ ਹੋਰਾਂ ਨੂੰ ਮੈਂ ਲਾਈਨ ਦੇ ਉੱਤੇ ਫੇਰ ਦੁਬਾਰਾ ਲੈ ਕੇ ਆਉਣਾ ਜੀ, 98-726। ਪੇਟ ਦੀ ਚਰਬੀ ਘਟਾਉਣ ਦੇ ਵਾਸਤੇ ਜੀ ਵੈਦ ਜੀ। ਹੈਲੋ ਜੀ, ਇੱਕ ਸਵਾਲ ਆਇਆ ਸੀਗਾ ਜੀ, ਉਹ ਕਹਿੰਦੇ ਕਿ 14 ਸਾਲ ਦਾ ਬੱਚਾ ਹੈ ਤੇ ਕਬਜ਼ ਰਹਿੰਦੀ ਹੈ, ਪੇਟ ਵੱਧ ਰਿਹਾ। ਹੈਲੋ ਹੈਲੋ 14 ਸਾਲ ਦੇ ਬੱਚੇ ਦਾ ਪੇਟ ਵੱਧ ਰਿਹਾ ਜੀ, ਲਗਾਤਾਰ ਕਬਜ਼ ਰਹਿੰਦੀ ਹੈ। 14 ਸਾਲ ਉਮਰ ਹੈ ਜੀ। ਹਾਂਜੀ, ਇੱਕ ਇਹ ਸਵਾਲ ਹੈ, ਇਹਦੇ ਨਾਲ ਹੀ ਇੱਕ ਕਲਰ ਹੋਰ ਹੈ ਜੀ, ਤੁਸੀਂ ਇਹਨਾਂ ਦਾ ਸਵਾਲ ਵੀ ਲੈ ਲਓ। ਹਾਂਜੀ ਸਵਾਗਤ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਪੁੱਛਣਾ ਸੀ ਚਿੱਟੇ ਮੋਤੀਆਂ ਬਾਰੇ, ਡਾਕਟਰ ਸਾਹਿਬ ਨੂੰ ਪੁੱਛਣਾ ਸੀ। ਚਿੱਟਾ ਮੋਤੀਆ ਕੈਟਰਿਕ, ਜਿਹਨੂੰ ਆਪਾਂ ਕੈਟਰਿਕ ਕਹਿੰਦੇ ਨੇ ਇੰਗਲਿਸ਼ ਵਿੱਚ। ਸੁਣੋ ਜੀ। ਥੈਂਕ ਯੂ ਜੀ। ਜੀ ਵੈਦ ਜੀ, ਸਰ ਜਿਹੜੀ ਚਿੱਟੇ ਮੋਤੀ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਇੱਕ ਮੰਨੀ ਪਰਮੰਨੀ ਦਵਾਈ ਹੈ ਜੀ, ਸਨੇਰੀਆ ਜੀ, ਹੋਮੋਪੈਥਿਕ ਦਵਾਈ ਆ ਇਹ। ਪਹਿਲਾਂ ਜੀ ਸਨੇਰੀਆ ਨੂੰ ਟਰਾਈ ਕਰਨ, ਘੱਟੋ ਘੱਟ 2 ਮਹੀਨੇ ਲਗਾਤਾਰ ਪਾਉਣ, ਤੇ ਉਹ ਕਾਫੀ ਹੱਦ ਤੱਕ ਇਹਨਾਂ ਨੂੰ ਠੀਕ ਕਰੂਗੀ। ਸਨੇਰੀਆ ਹੋਮੋਪੈਥਿਕ ਦਵਾਈ ਹੈ ਜੀ, ਉਹਨੂੰ ਯੂਜ ਕਰਨ ਜੀ। ਸਹੀ। ਅੱਛਾ, ਦੂਜਾ ਸਵਾਲ ਜੀ, ਪੇਟ ਵੱਧਦਾ ਬੱਚੇ ਦਾ ਜੀ, ਉਹ ਕਬਜ਼ ਰਹਿੰਦੀ ਹੈ ਕਹਿੰਦੇ ਲਗਾਤਾਰ। ਹਾਂ ਦੇਖੋ ਸਰ, ਕਬਜ਼ ਜਦੋਂ ਰਹਿੰਦੀ ਹੈ ਤਾਂ ਪੇਟ ਨੇ ਵਧਣਾ ਹੀ ਵਧਣਾ ਹੈ, ਠੀਕ ਹੈ ਜੀ। ਅੰਤਰੇ ਚ ਖੁਸ਼ਕੀ ਰਹਿੰਦੀ ਆ,
ਤਾਂ ਪੇਟ ਨੇ ਵਧਣਾ ਹੀ ਵਧਣਾ ਜੀ, ਲੇਬਰ ਵੀ ਮਤਲਬ ਠੀਕ ਕੰਮ ਨੀ ਕਰ ਰਿਹਾ ਤੇ ਅੰਦਰ ਖੁਸ਼ੀ ਵੀ ਬਹੁਤ ਹੈ ਜੀ। 14 ਸਾਲ ਦੀ ਉਮਰ ਆ ਜੀ, ਤਾਂ ਤੁਸੀਂ ਇੱਕ ਨਾ ਜੀ ਅਮਲ ਦਾਸ ਦੀ ਸੰਸਾਰੀ ਤੋਂ ਅਮਲ ਦਾਸ ਦੀ ਛਿੱਲ ਲੈ ਲਓ ਜੀ, ਉਹ ਇੱਕ ਫਲੀ ਆਉਂਦੀ ਜੀ, ਠੀਕ ਆ ਜੀ। ਅਮਲ ਦਾਸ ਦੀ ਫਲੀ ਦੇ ਕੇ ਉਹਨੂੰ ਇੱਕ ਫਲੀ ਨੂੰ ਕੁੱਟ ਲਓ ਜੀ, ਤੇ ਇੱਕ ਫਲੀ ਵੀ ਤੁਸੀਂ ਘੱਟੋ ਘੱਟ 20 ਗ੍ਰਾਮ ਸਰਨਾਇ ਦੇ ਪੱਤੇ ਪਾਉਣੇ ਜੀ, ਤੇ 2 ਘੰਟੇ ਸੌਂਪ ਦੇ, ਠੀਕ ਆ ਜੀ। ਚੰਗੀ ਤਰ੍ਹਾਂ ਨੂੰ ਬਰੀਕ ਕਰਕੇ ਫਲੀ ਨੇ ਇੱਕ ਫਲੀ ਹੋਊਗੀ, 2 ਚਮਚੇ ਸੌਂਪ ਦੇ ਤੇ 2 ਚਮਚੇ ਸਰਨਾਇ ਦੇ, ਇਹਦਾ ਪਾਊਡਰ ਬਣਾ ਕੇ ਰੱਖ ਲਓ ਜੀ, ਤੇ ਅੱਧਾ ਚਮਚ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ ਦੇਣਾ ਜੀ, ਤੇ ਨਾਲ ਲਿਵਰ ਟੋਨਿਕ ਕੋਈ ਵੀ D52 ਹਿਮਾਲਿਆ ਡਰੱਗ ਕੰਪਨੀ ਦੀ ਆਉਂਦੀ ਆ, 2 ਚਮਚੇ ਉਹ ਸ਼ੁਰੂ ਕਰਨ, 15 ਦਿਨ ਵਰਤ ਕੇ ਮੈਨੂੰ ਫਿਰ ਦੱਸਣਾ ਜੀ ਕਿਵੇਂ, ਠੀਕ ਆ ਜੀ। ਹਾਂਜੀ, ਇਹ ਵੀ ਗੱਲ ਹੈ ਕਿ 15 ਦਿਨ ਪਹਿਲਾਂ ਵਰਤ ਲਓ, ਫਿਰ ਦੱਸਿਓ, ਫਿਰ ਪਤਾ ਲੱਗ ਜਾਂਦਾ ਕਿ ਭਾਈ ਫਾਇਦਾ ਹੈ ਜਾਂ ਨੁਕਸਾਨ ਹੈ। ਹਾਂਜੀ, ਤੇ ਟਾਈਮ ਆਪਣਾ ਸਰ 5 ਮਿੰਟ ਰਹਿ ਗਏ ਸ਼ਾਇਦ। ਹਾਂ ਨਹੀਂ ਕੋਈ ਗੱਲ ਨੀ ਜੀ, ਟਾਈਮ ਆਪਣਾ ਹੀ ਆ, ਕਈ ਵਾਰੀ ਐਂ ਹੁੰਦਾ ਨਾ ਕਿ ਕਿਸੇ ਦਾ ਕਿਆਰਾ ਲੱਗਣ ਵਾਲਾ ਹੋਵੇ, ਗਾਹਣ ਦਾ ਵੱਢ ਲੈਂਦਾ ਅਗਲਾ ਮਿੰਟ ਤੋਂ ਮਿੰਟ। ਤੇ ਇੱਕ ਪੇਟ ਦੀ ਚਰਬੀ ਘਟਾਉਣ ਦੇ ਵਾਸਤੇ ਵੀ ਇੱਕ ਕਹਿੰਦੇ ਕੋਈ ਹੱਲ ਦੱਸੋ, ਕਸਰਤ ਵੀ ਕਰਦੇ ਕਹਿੰਦੇ ਪਰ ਫੇਰ ਵੀ। ਦੇਖੋ ਸਰ, ਕਿਤੇ ਨਾ ਕਿਤੇ ਜ਼ਿਆਦਾ ਕੈਲੋਰੀ ਜਾਂ ਜ਼ਿਆਦਾ ਮਿੱਠਾ ਲੈਣ ਜਾਂ ਮਤਲਬ ਜ਼ਿਆਦਾ ਚਾਹ ਪੀਣ ਨਾਲ ਇਹ ਸਮੱਸਿਆ ਹੁੰਦੀ, ਠੀਕ ਆ ਜੀ। ਪਹਿਲੀ ਗੱਲ ਤਾਂ ਪੇਟ ਦੇਖੋ, ਪੇਟ ਸਹੀ ਰਹਿੰਦਾ, ਜੇ ਪੇਟ ਸਹੀ ਨਹੀਂ ਰਹਿੰਦਾ ਤਾਂ ਇਹਨਾਂ ਨੇ ਕੀ ਕਰਨਾ ਜੀ, ਇਹ 5 ਤੁਲਸੀ ਅਰਕ ਹਰੇਕ ਕੰਪਨੀ ਦਾ ਆਉਂਦਾ ਜੀ, 5 ਤੁਲਸੀ ਅਰਕ ਦੀ ਕੋਸੇ ਪਾਣੀ ਵਿਚ 2-2 ਬੂੰਦਾਂ 3 ਟਾਈਮ ਲੈਣ ਜੀ, ਤੇ ਇੱਕ ਮੇਦੋ ਹਰ ਗੁੱਗਲ ਗੋਲੀ ਆਉਂਦੀ ਜੀ ਬੈਦਨਾਥ ਕੰਪਨੀ ਦੀ, 2-2 ਗੋਲੀਆਂ 3 ਟਾਈਮ ਉਹ ਲੈਣ ਜੀ, ਤੇ ਸ਼ਾਮ ਨੂੰ ਪੈਣ ਲੱਗੇ ਤ੍ਰਿਫਲਾ ਚੂਰਨ, ਠੀਕ ਹੈ ਜੀ, ਤ੍ਰਿਫਲਾ ਚੂਰਨ ਦਾ 1 ਚਮਚਾ ਕੋਸੇ ਪਾਣੀ ਨਾਲ ਲੈਣ ਜੀ, ਤੇ ਬਾਕੀ ਇਹਨਾਂ ਕੋਲ ਮੇਰਾ ਜਦ ਨੰਬਰ ਮੈਂ ਦੱਸੂਗਾ, ਮੈਨੂੰ ਵਟਸਐਪ ਕਰ ਦੇਣ, ਮੈਂ ਇਹਨਾਂ ਨੂੰ ਡਾਇਟ ਚਾਰਟ ਭੇਜੂਗਾ, ਉਹਨੂੰ ਫਾਲੋ ਕਰਨ ਜੀ, ਠੀਕ ਆ ਜੀ। ਤੇ ਪੇਟ ਦੀ ਚਰਬੀ ਤੁਸੀਂ ਆਪਣੇ ਆਪ ਘਟਾਉਣੀ ਹੈ, ਆਪਣਾ ਪਰਹੇਜ਼ ਰੱਖ ਕੇ, ਬਾਕੀ ਮੈਂ ਜਿਹੜੀਆਂ 3 ਚੀਜ਼ਾਂ ਦੱਸੀਆਂ ਇਹ ਵਰਤਣ ਜੀ। ਹਾਂਜੀ, ਇਹ ਵੀ ਸਹੀ ਗੱਲ ਹੈ ਕਿ 3 ਚੀਜ਼ਾਂ ਇਹ ਵਰਤ ਲਓ, ਬਾਕੀ ਜਿਹੜੀਆਂ ਸਾਰੀਆਂ ਉਹ ਵੀ ਨਾਲ ਨਾਲ ਚੱਲਦੀਆਂ ਰਹਿਣਗੀਆਂ। ਬਹਿ ਜੀ, ਹੁਣ ਆਪਾਂ ਜਿਹੜੀ ਗੱਲ ਤੁਸੀਂ ਕਹਿੰਦੇ ਸੀ ਕਿ ਟਾਈਮ ਆਪਣੇ ਕੋਲ ਥੋੜਾ, ਆਪਾਂ ਉਸ ਪਾਸੇ ਨੂੰ ਜੇ ਤੁਰ ਗਏ ਤਾਂ ਫਿਰ ਲਾਸਟ ਦੇ ਵਿੱਚ ਕੀ ਦੱਸੋਗੇ? ਹਾਂਜੀ, ਦੇਖੋ ਸਰ, ਹੁਣ ਆਪਾਂ ਜ਼ਿਆਦਾ ਬੈਠਣ ਨਾਲ ਸਰ ਕਮਰ ਦਰਦ ਦੀ ਸਮੱਸਿਆ ਬਹੁਤ ਆ ਰਹੀ, NRI ਭਰਾਈ ਹੁਣ ਦੇਖੋ, ਜਿਹਨੇ ਜਦ ਆਪਾਂ ਸ਼ੁਰੂ ਕੀਤਾ NRI ਭਰਾ ਕਹਿੰਦੇ ਨੇ ਵੀ ਲਗਾਤਾਰ ਮਤਲਬ ਡਰਾਈਵਿੰਗ ਕਰਨ ਨਾਲ 8-8 ਘੰਟੇ 10-10 ਘੰਟੇ ਲਗਾਤਾਰ ਬੈਠਣ ਨਾਲ ਰੀੜ੍ਹ ਦੀ ਹੱਡੀ ਚ ਦਰਦ ਹੁੰਦਾ ਰਹਿੰਦਾ, ਕਮਰ ਦਰਦ ਹੁੰਦਾ ਰਹਿੰਦਾ। ਦੇਖੋ ਲਗਾਤਾਰ ਬੈਠਣ ਨਾਲ ਉਹਦੇ ਪਰ ਰੀੜ੍ਹ ਦੀ ਹੱਡੀ ਪਰ ਵਜਨ ਪੈਂਦਾ, ਜਿਹਨੂੰ ਕਹਿੰਦੇ ਪ੍ਰੈਸ਼ਰ ਪੈਂਦਾ, ਉਹ ਨੈਚੁਰਲ ਵੀ ਹੋਣਾ ਹੀ ਹੋਣਾ ਦਰਦ। ਉਹਦੇ ਵਾਸਤੇ ਕੀ ਕਰਨਾ ਜੀ, ਆਪਾਂ ਨੇ 200 ਗ੍ਰਾਮ ਜੈਤੂਨ ਦਾ ਤੇਲ, ਓਲਿਵ ਓਇਲ ਇਹ ਬਾਹਰ ਨਾਉਂਦ ਮਿਲ ਜਾਂਦਾ, 200 ਗ੍ਰਾਮ ਜੈਤੂਨ ਦਾ ਤੇਲ, ਇਹਦੇ ਵਿੱਚ 10 ਗ੍ਰਾਮ ਲੌਂਗ ਤੇ 1 ਜੈਫਲ ਕੁੱਟ ਕੇ ਪਾ ਦੇਣਾ ਜੀ, 2 ਟਿੱਕੀਆਂ ਪਾ ਲੈਣੀਆਂ ਕਪੂਰ ਦੀ, ਠੀਕ ਆ ਜੀ। 200 ਗ੍ਰਾਮ ਜੈਤੂਨ ਦਾ ਤੇਲ, 10 ਗ੍ਰਾਮ ਲੌਂਗ, 1 ਪੀਸ ਜੈਫਲ ਤੇ 2 ਕਪੂਰ ਦੀਆਂ ਟਿੱਕੀਆਂ, ਠੀਕ ਆ ਜੀ। ਇਹ ਚੰਗੀ ਤਰ੍ਹਾਂ ਉਬਾਲ ਜੇ ਨਾ, ਜਦੋਂ ਟਿੱਕੀਆਂ ਤੇ ਬਾਕੀ ਜੈਫਲ ਵਿੱਚੇ ਕਾਲਾ ਹੋ ਗਿਆ, ਇਹਨੂੰ ਛਾਣ ਲਓ ਜੀ, ਠੀਕ ਹੈ ਜੀ। ਇੱਕ ਮਿੰਟ ਜੀ, ਇੱਕ ਕਾਲਰ ਸਾਡੇ ਨਾਲ ਹੋਰ ਜੁੜੇ ਆ, ਤੇ ਕਿਉਂਕਿ ਕਾਲ ਬੇਸ਼ੱਕ ਇੰਡੀਆ ਟੁੱਟ ਗਈ ਹੈ ਜੀ, ਇੰਡੀਆ ਵਾਲਿਓ ਬਾਈ ਜੀ, ਤੁਸੀਂ ਬੈਦ ਜੀ ਨੂੰ ਸਿੱਧਾ ਹੀ ਲਾ ਲਿਓ, ਕਿਉਂਕਿ ਤੁਹਾਡੀ ਲਾਈਨ ਵਾਰ ਵਾਰ ਮੈਨੂੰ ਮੈਥੋਂ ਪਤਾ ਨਹੀਂ ਕਿਵੇਂ ਥਰੂ ਨਹੀਂ ਹੋ ਰਹੀ, ਤੇ ਇਸ ਕਰਕੇ ਤੁਸੀਂ 5-7 ਮਿੰਟ ਬਾਅਦ ਸਿੱਧਾ ਪੁੱਛ ਲਓ। ਹਾਂਜੀ, ਜੈਤੂਨ ਦਾ ਤੇਲ, ਹਾਂ ਲੌਂਗ ਜੀ 10 ਗ੍ਰਾਮ, ਜੈਫਲ 1 ਤੇ ਕਪੂਰ ਦੀਆਂ 2 ਟਿੱਕੀਆਂ, ਇਹ ਤੇਲ ਚ ਉਬਾਲ ਲੈਣੀ ਹੈ, ਜਦੋਂ ਤੇਲ ਸੜ ਕੇ ਪੂਰਾ ਕਾਲੀਆਂ ਹੋ ਗਈਆਂ ਉਹਨੂੰ ਤੁਸੀਂ ਛਾੜ ਲਓ। ਇਹ ਤੇਲ ਨੂੰ ਤੁਸੀਂ ਜੀ ਇੱਕ ਤਾਂ ਲੱਕ ਦੀ ਮਾਲਸ਼ ਕਰਨੀ ਹੈ ਤੇ ਪਿੰਨੀ ਹੈ ਜਿਹਨੂੰ ਕਹਿੰਦੇ ਲੱਕ ਗੋਡੇ ਤੋਂ ਥੱਲੇ ਜਿਹੜੀ ਪਿੰਨੀ ਹੁੰਦੀ, ਚੰਗੀ ਤਰ੍ਹਾਂ ਮਾਲਸ਼ ਕਰਨੀ ਹੈ ਜੀ, ਤੇ ਇਹ ਇਹਦੇ ਨਾਲ ਤੁਹਾਨੂੰ ਕਾਫੀ ਰਿਲੀਫ ਮਿਲਣਾ ਜੀ, ਠੀਕ ਹੈ ਜੀ। ਬਲੱਡ ਸਰਕੂਲੇਸ਼ਨ ਠੀਕ ਚੱਲੂਗਾ ਤੇ ਲੱਕ ਦਾ ਦਰਦ ਇਹਦੇ ਨਾਲ ਕਾਫੀ ਹੱਦ ਤੱਕ ਠੀਕ ਹੋਊਗਾ, ਠੀਕ ਹੈ ਜੀ। ਤੇ ਇੱਕ ਪੰਜੀਰੀ ਬਣਾਉਣੀ ਹੈ ਜੀ ਲੱਕ ਦਰਦ ਵਾਸਤੇ, ਜੇ ਲੱਕ ਨੂੰ ਕਾਇਮ ਰੱਖਣਾ। ਅਰਜਨ 100 ਗ੍ਰਾਮ ਜੀ, ਦੇਸੀ ਚੀਨੀ 100 ਗ੍ਰਾਮ ਤੇ ਜੈਤੂਨ ਦਾ ਤੇਲ 100 ਗ੍ਰਾਮ ਜੀ। ਤੁਸੀਂ ਕੀ ਕਰਨਾ, ਹਲਕਾ ਜਿਹਾ ਜੈਤੂਨ ਦੇ ਤੇਲ ਨੂੰ ਗਰਮ ਕਰ ਲੈਣਾ, ਉਹਦੇ ਵਿੱਚ ਜੀ ਅਰਜਨ ਦੀ ਛਿੱਲ ਤੇ ਦੇਸੀ ਚੀਨੀ ਮਿਕਸ ਕਰ ਦੇਣੀ ਹੈ, ਚੰਗੀ ਤਰ੍ਹਾਂ ਮਿਲਾ ਕੇ ਇਹਨੂੰ ਰੱਖ ਲਓ। 1 ਚਮਚਾ ਸਵੇਰੇ ਸ਼ਾਮ ਖਾਧਾ ਜਾਵੇ ਜੀ, ਤਾਂ ਜਿਹੜਾ ਲੱਕ ਦਰਦ ਕਿਸੇ ਨੂੰ ਹੁੰਦਾ ਲਗਾਤਾਰ ਖਾਓ ਤੇ ਤੇਲ ਦੀ ਮਾਲਸ਼ ਕਰੋ, ਲੱਕ ਦਰਦ ਦੀ ਸਮੱਸਿਆ ਦਾ ਹੱਲ ਹੋ ਜਾਣਾ, ਠੀਕ ਹੈ ਜੀ। ਤੇ ਅੱਜ ਕੱਲ੍ਹ ਸਰ ਆਪਾਂ ਦੇਖੇ ਵੀ ਕਈ ਕਹਿੰਦੇ ਵੀ ਦਿਨ ਚ ਨੀਂਦ ਆਈ ਜਾਂਦੀ, ਸੁਸਤੀ ਚੜੀ ਜਾਂਦੀ, ਠੀਕ ਹੈ ਜੀ, ਐਨਰਜੀ ਨੀ ਰਹਿੰਦੀ, ਸੁਸਤਾ ਰਹਿੰਦਾ ਬੰਦਾ, ਕਹਿੰਦਾ ਮੈਨੂੰ ਨੀਂਦ ਆਈ ਜਾਂਦੀ ਹੈ। ਤੁਸੀਂ ਕੀ ਕਰਨਾ ਜੀ, ਜੇ ਕਿਸੇ ਨੂੰ ਇਹ ਸਮੱਸਿਆ ਹੋਵੇ, ਆਂਵਲਾ ਅਰਕ ਮਿਲ ਜਾਂਦਾ ਜੀ,
आंवले जूस नॉर्मल अपन मार्केट च मिल जाता है। चार चमचे जिन्हें नींद आती है, बार बार नींद आती है, चार चमचे आंवले रस से दो चमचे शहद से मिला के सवेरे शाम को पियो, तुम 10 तो लेके 15 दिन तुम पता लगना भी हां जी नींद आ सुस्ती पैंदी है हल इस हौली हौली करके होने लग पा। ठीक है सर। सर जे किसी दिमागी कमजोरी है, दिमागी लोड ज्यादा रहता है, यकना वो कहने दिमाग आला काम ज्यादा करता है, तो यह फार्मूला नोट कर लो जी, बहुत वधिया फार्मूला जी। ब्रह्मी 50 ग्राम, शंखपुष्पी 25 ग्राम, सुक्का आंवला 25 ग्राम, काली मिर्च 10 ग्राम, मिश्री 75 ग्राम जी। ठीक है जी। ब्रह्मी 50 ग्राम, शंखपुष्पी 25 ग्राम, आंवला सुक्का 25 ग्राम, काली मिर्च 10 ग्राम, मिश्री 75 ग्राम, यह सब का पाउडर बना के रख लो। सवेरे शाम जी का चमचा जी, एक ब्रह्म रसायण बनी बनाई दवाई आउंदी जी, जिन्हां नूं ज्यादा दिमागी लोड रहिंदा या दिमाग भारा भरा रहिंदा या कहने भी मेरी याददाश्त शक्ति जिन्हां कहने भी ज्यादा तेज होवे, तां उहनां वास्ते जिहड़ा फार्मूला दस्सा जी ए वरतो, ते नाल ब्रह्म रसायण दुध नाल खाओ जी, तां तुसीं देखो जी दिमागी ताकत होणगी करके वधन हो जाणी शुरू जी, दिमागी ताकत काफी हद तक वधूगी जी। बाकी सर मैं आपां हुण जिहड़ा प्रोग्राम का इहदे विच मैं यही कहना जी, 25 तों लेके 35 साल तक जिहड़ी पीजी लाइफ विच प्रॉब्लम आउंदियां अपने शरीर नूं जरूर गौर करो, जे एक्टिव रखना शरीर तां जिहड़ी घरेलू चीजां उहनां वल थोड़ा जिहा गौर करो जी, ते लापरवाही ना करो जी, नाल थोड़ा पेट दा सिस्टम खराब होवे ते दिमाग भी खराब होवे। ठीक है जी। तां इहदे आपां प्रोग्राम दे एंड विच यही कहांगे वी सेहत जरूरी है, ते इस तों बाद थोड़े रुझेवे या जो भी रोज के काम कार बाद की गल्ला, पहला सेहत नूं कायम रखो, फिर थोड़े रुझेवे भी अपने आप ही इजी हो जाने, ते थोड़ी जिहड़ी सेहत आ ओह भी अपने आप ही दुरुस्त हो जाणी। ठीक है जी। हां हुण दसो जी नंबर। देखो सर इंडिया नंबर मेरा ओह, मैं तुहानूं पहला भी रिक्वेस्ट करदा 5 तों लेके 9 बजे तक मैनूं फोन कर सकते हो, 9876-1305। ठीक है जी। 9872-1005 ਇਹ ਇੰਡੀਆ ਨੰਬਰ ਆ, ਕਿਸੇ ਨੇ ਵੀ ਜੇ ਕੋਈ ਸਲਾਹ ਲੈਣੀ ਹੈ ਤਾਂ ਮੈਨੂੰ 9 ਤੋਂ ਲੈ ਕੇ 5 ਵਜੇ ਤੱਕ ਕਾਲ ਕਰ ਸਕਦੇ। ਮੋਸਟ ਵੈਲਕਮ। ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪੀ ਸੀ ਬੈਗ ਪੀ ਕੇ ਸਿੰਘ।